घर दो छापर लैके जाता कहता बेटा एक हराम जे कलाम जाना जो डिंग डोंग गाता कहता हराम की डिंग डोंग बबल ਸ਼ਕੀਰ ਮਨੋ ਭਾਈ ਫੈਸਲੇ ਇੰਨਾ ਕਰਜ਼ਾ ਫੜਿਆ ਜ਼ਮੀਰ ਦਿਹਾੜੀਆਂ ਕਰਨ ਡਿਆ ਪੈਸੇ ਲਾਉਣ ਵਕਤ ਉਹ ਗੇਟਾਂ 'ਤੇ ਬੈਠਾ ਹੁੰਦਾ ਐਬੂ ਛੜਾ ਕੇ ਭਾਈ ਅਸਲਾਮ ਵਾਲੇਕੁਮ ਨਾਜ਼ਰੀਨ ਫਿਰ ਟੀ ਟਾਈਮ 'ਚ ਖੁਸ਼ ਆਮਦੀਦ ਬੁੱਢੇ ਹੋ ਗਏ ਉਸਤਾਦ ਜੀ ਨੂੰ ਕਹਿਣ ਨੂੰ ਸਾਈ ਬੈਠੇ ਬੈਠੇ ਸੋ ਜਾਂਦੇ ਹੋ ਤੇ ਭੁੱਖਾ ਮੰਗਦੇ ਓਏ ਉਹ ਨਹੀਂ ਹੋਰ ਮਸਲਾ ਚਲੋ 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 ਜੀ ਠੀਕ ਹੈ ਸਰ ਗੱਲ ਇਹ ਹੈ ਯਾਰ ਕਦੀ ਕਦੀ ਨਹੀਂ ਤਬੀਅਤ ਠੀਕ ਹੁੰਦੀ ਅਕਸਰ ਹੀ ਹੋ ਜਾਂਦਾ ਵਾ ਰੋਜ਼ ਰੋਜ਼ ਹੀ ਹਾਂ ਇਹ 'ਚ ਕਿਹੜੀ ਗੱਲ ਆ ਵੀ ਜੇ ਅਸੀਂ ਮਤਲਬ ਤਬੀਅਤ ਸਹੀ ਦੇ ਨਾਲ ਸ਼ੋ ਕਰੀਦੇ ਆ ਤੇ ਵਿੱਚ ਵਿੱਚ ਰੋਜ਼ ਹੀ ਖਰਾਬ ਵੀ ਤੇ ਹੁੰਦੀ ਹੈ ਕਿ ਨਹੀਂ ਸਹੀ ਗੱਲ ਕਹਿੰਦੇ ਸ਼ਿਕਾਰੀ ਘੋੜੀ ਵੀ ਕਿਸੇ ਟਾਈਮ ਥੱਕ ਹੁੰਦੀ ਹਾਂਜੀ ਤੇ ਫਿਰ ਅਸੀਂ ਤੇ ਫਿਰ ਇਨਸਾਨ ਦੇ ਥੱਕੇ ਹੀ ਹਾਂ ਅਸੀਂ ਸ਼ੁਰੂ ਤੋਂ ਤੇਰੇ ਜੇ ਸ਼ਗਿਰਦ ਜੰਮਣ ਉਸਤਾਦ ਕਿਧਰੇ ਕਿਧਰੇ ਕੋਈ ਟੈਂਪੋ 'ਚ ਕਹਿਣਾ ਐਵੇਂ ਤੈਨੀ ਸੁਣਿਆ ਸਾਨੂੰ ਇੰਨੀ ਥਕਾਵਟ ਹੋਈ ਕਦੀ ਪੰਜੀ ਦੇ ਕੇ ਬਾਕੀ ਦਸ ਘੁੱਟ ਲੈਣਾ ਟੋਪਿਕ ਬਹੁਤ ਘੁੱਟਦਾ ਤੂੰ ਐ ਕੱਟ ਦੇਣਾ ਯਾਰ ਟੋਪਿਕ ਰਹਿਣ ਦਿਓ ਯਾਰ ਠੀਕ ਹੈ ਚਲੋ ਰਹਿਣ ਦਿੰਦੇ ਸਰ ਰਹਿਣ ਦਿੰਦੇ ਦਲੀਲ ਕਿਉਂ ਕਰਦੇ ਰਹਿੰਦੇ ਉਸਤਾਦ ਜੀ ਸਰ ਕਿਹੜੇ ਘੁੱਟੇ ਪਏ ਮੈਂ ਤੁਹਾਡੇ ਤੁਹਾਡੀ ਪੈਦਾਇਸ਼ ਦਾ ਮਕਸਦ ਹੀ ਇਹ ਆ ਦਲੀਲ ਕਰਨਾ ਹੋਣਾ ਮੈਂ ਨਹੀਂ ਕਰਦਾ ਇਹਦੇ ਉੱਥੋਂ ਜਾ ਉਹਦੇ ਉੱਥੋਂ ਜਾ ਉਹਦੇ ਉੱਥੋਂ ਜਾ ਅੱਛਾ ਮੈਂ ਚੁੱਪ ਕਰ ਜਾਣਾ ਬਾਕੀ ਮੈਂ ਦੇਖਦਾ ਤੈਨੂੰ ਕੀ ਭਣਵਾਈਆ ਸਮਝਦੇ ਆਪਣਾ ਚਲੋ ਮੈਂ ਨਹੀਂ ਕਰਦਾ ਆਲੋ ਇੱਧਰੋਂ ਤੂੰ ਇੱਜ਼ਤ ਕਰਾ ਕੇ ਦਿਖਾ ਦੇ ਮੈਨੂੰ ਇਹਨਾਂ ਨੂੰ 25 ਤਰੀਕ ਤੇ ਯਾਦ ਆਉਂਦਾ ਉਸ ਤੋਂ ਪਹਿਲੇ ਉਹ ਰਾਂਝਾ ਬੰਜਲੀ ਵੰਜਲੀ ਵਜਾਉਂਦਾ ਸੀ ਇਹ ਜਦੋਂ ਆਉਂਦਾ ਬਾਹਰ ਬੈਲ ਪੜੋਂ ਉਹ ਰਾਂਝਾ ਵਜਲੀ ਵਜਾਉਂਦਾ ਸੀ ਇਹ ਵਜਾਉਂਦਾ ਬਾਜਾ ਵਜਾਉਂਦਾ ਇਹ ਤੁਹਾਡੇ ਨਾਲ ਬਹੁਤ ਇਸ਼ਕ ਸਲਮਾਨ ਸਾਹਿਬ ਨਾਲ ਕਰਦੇ 20-25 ਤਰੀਕ ਤੱਕ ਸੈਂਡ ਅਸੀਂ ਅੱਲਾ ਦਾ ਸ਼ੁਕਰ ਕਹਿਣਾ ਨਹੀਂ ਪੈਂਦਾ ਯਾਰ ਨਹੀਂ ਕਹਿਣਾ ਕਿਉਂ ਨਹੀਂ ਪੈਂਦਾ ਕਹਿਣਾ ਪੈਂਦਾ ਜਿੰਨਾ ਹੱਕ ਲਾਲ ਦੀ ਕੀਤੀ ਹੈ ਹੱਕ ਲਾਲ ਦੇ ਬਹਿ ਕੇ ਖਾਈਦੇ ਆ ਕਿਹੜੇ ਫੈਸਲ ਸਾਹਿਬ ਤੁਸੀਂ ਇਹ ਦੱਸੋ ਕਿ ਕੀ ਕਰਨਾ ਹੁਣ ਜਿਹੜਾ ਤੁਸੀਂ ਛੁੱਟੀਆਂ ਕਰ ਲੈਂਦੇ ਹੋ ਵਿੱਚ ਕਿੰਨੇ ਦਿਨਾਂ ਬਾਅਦ ਆਇਆ 15 ਦਿਨਾਂ ਬਾਅਦ ਨਹੀਂ ਫਿਰ ਵੀ ਕਿੰਨੇ ਦਿਨਾਂ ਬਾਅਦ ਆਇਆ 9 ਦਿਨ ਬਾਅਦ ਆਇਆ 9 ਦਿਨ 10ਵਾਂ ਦਿਨ ਹੀ ਲਾ ਲਓ ਉਸਤਾਦ ਜੀ ਅੱਜ ਵੀ 4 ਵਜੇ 5 ਜਦੋਂ ਸ਼ੋਅ ਅਸੀਂ ਖਤਮ ਕਰ 7 ਵਜੇ ਆਏ ਨੇ 9 ਦਿਨ ਸਰ ਤੁਸੀਂ ਕਿੱਥੇ ਰਹੇ ਹੋ ਸਹੀ ਲਾਹੌਰ ਰਿਕਾਰਡਿੰਗ ਤੇ ਅੱਛਾ ਜੀ ਉੱਥੋਂ ਤੁਸੀਂ 9 ਦਿਨ ਪੈਸੇ ਲੈਣੇ ਆ 9 ਦਿਨਾਂ ਦੇ ਹਾਂਜੀ ਉਸਤਾਦ ਜੀ ਇੱਥੇ ਤੁਸੀਂ 9 ਦਿਨ ਨਹੀਂ ਆਏ ਇੱਥੇ ਵੀ ਕਾਹਦੇ ਲੈਣੇ ਗੈਰਤ ਨੀ ਮਰ ਤੁਹਾਡੀ ਜ਼ਿੰਦਾ ਰਹਿੰਦੀ ਤੁਸੀਂ ਬੱਚਿਆਂ ਨੂੰ ਹਰਾਮ ਖਵਾਉਂਦੇ ਤੁਹਾਨੂੰ ਕੁਛ ਨੀ ਹੁੰਦਾ ਕਿਹੜਾ ਹਰਾਮ ਭਾਵੇਂ ਤੁਸੀਂ 9 ਦਿਨ ਇੱਥੇ ਚ ਨਹੀਂ ਆਏ ਉੱਥੇ ਤੁਸੀਂ 9 ਦਿਨ ਰਹੇ ਤੁਸੀਂ ਉੱਥੇ ਪੈਸੇ ਕਮਾਏ ਨੇ ਇਹ ਕਿਹੜਾ ਕੰਮ ਆ ਕਿ ਤੁਸੀਂ ਇੱਥੇ 9 ਦਿਨ ਨਹੀਂ ਆਏ ਤੁਸੀਂ ਕਹੋ ਸਾਜੀ ਇੱਥੇ ਵੀ 9 ਦਿਨਾਂ ਦੇ ਮੈਨੂੰ ਪੈਸੇ ਦਿਓ ਜਿਹੜੇ ਮੈਂ ਨਹੀਂ ਆਇਆ ਉੱਥੇ ਵੀ ਤੁਸੀਂ ਕਮਾ ਰਹੇ ਹੋ ਤੇ ਉੱਥੋਂ ਤੋਂ ਵੀ ਤੁਸੀਂ ਲੈ ਰਹੇ ਹੋ ਸਾਜੀ ਦੇਖੋ ਨਾ ਬੱਚਿਆਂ ਨੂੰ ਹਰਾਮ ਖਵਾਉਣ ਲੱਗਿਆ ਤੁਹਾਨੂੰ ਕੁਛ ਨਹੀਂ ਹੁੰਦਾ ਕੁਛ ਵੀ ਨਹੀਂ ਹੁੰਦਾ ਫਿਰ ਠੀਕ ਆ ਫਿਰ ਤੂੰ ਖਾਈ ਜਾ ਐਂ ਨਾ ਗੱਲ ਕਰੋ ਸਾਜੀ ਇੰਨੀ ਤਨਖਾਹ ਸੀ ਇੰਨੀ ਕੀਤੀ ਹੈ ਤੁਸੀਂ ਸਮਝ ਆਈਏ ਕਿੰਨੀ ਸੀ ਇੰਨੀ ਤੇ ਇੰਨੀ ਕੀਤੀ ਹੈ ਤੁਸੀਂ ਸਮਝ ਆਈ ਆਪੀ ਤੁਸੀਂ ਇਹਨੂੰ ਤਨਖਾਹ ਇੰਚਾਂ ਦੇ ਹਿਸਾਬ ਨਾਲ ਦਿੰਦੇ ਨੇ ਠੀਕ ਹੈ ਤੁਸੀਂ ਕਿਹਾ ਮੇਰੇ ਭੈਣ ਉਹ ਇੰਨੀ ਨਹੀਂ ਮੈਂ ਕਰਨੀ ਤੁਹਾਡੀ ਓਨੀ ਤਨਖਾਹ ਵਾ ਤੇ ਦਿਨਾਂ ਦੇ ਹਿਸਾਬ ਨਾਲ ਤੁਸੀਂ ਪੈਸੇ ਲੈ ਲਿਆ ਨਹੀਂ ਸਰ ਜੀ ਹਾਂਜੀ ਆ ਵੇਖੀ ਹੁਣ ਆ ਵੇਖੀ ਨਹੀਂ ਸਰ ਜੀ ਹਾਂਜੀ ਠੀਕ ਹੈ ਨਾ ਨਹੀਂ 9 ਦਿਨ ਉਹ ਸਹੀ ਕਹਿ ਰਹੇ ਹੋ ਯਾਰ ਮੈਨੂੰ ਪੈਸਿਆਂ ਦੀ ਲਾਲਚ ਆ ਮੈਂ ਤਾਂ ਇਸ਼ਕ ਦੀ ਖਾਤਰ ਆਉਣਾ
ਉਹ ਬਬਾਕਿਆ ਯਾਰ ਮੈਨੂੰ ਲਫਤ ਨਾ ਕਿਹਾ ਕਰ ਬੱਚਿਆਂ ਨੂੰ ਕੁਛ ਹੁੰਦਾ ਨੀ ਤੁਹਾਨੂੰ ਨਹੀਂ ਇਹਦਾ ਜਵਾਬ ਦੇ ਦਿਓ ਬਸ ਜਵਾਬ ਤੁਸੀਂ ਕਿਸ ਲੌਜਿਕ ਨਾਲ ਇੱਥੋਂ 9 ਦਿਨ ਦੇ ਪੈਸੇ ਲੈਣੇ ਬਸ ਇੱਕ ਮਿੰਟ ਸਭ ਤੋਂ ਪਹਿਲੇ ਸਾਜੀ ਮੇਰੀ ਗੱਲ ਸੁਣ ਲੈਣਾ ਜੀ ਸਭ ਤੋਂ ਪਹਿਲੇ ਮੈਂ ਥੋੜੀ ਅਤਲਾ ਕੇ ਰਿਕੁਐਸਟ ਕਰਦਾ ਇਹ ਮੈਨੂੰ ਉਸ ਕੀ ਕਹਿੰਦਾ ਨਹੀਂ ਕਹਿੰਦਾ ਉਹ ਮੈਂ ਨੈਕਸਟ ਨਹੀਂ ਕਹਿਣਾ ਅੱਛਾ ਸਰ ਉਹ ਨਹੀਂ ਕਹਿੰਦਾ ਅੱਜ ਤੋਂ ਬਾਅਦ ਨਹੀਂ ਕਹਿੰਦਾ ਤੁਸੀਂ ਮੇਰੀ ਗੱਲ ਦਾ ਜਵਾਬ ਦਿਓ ਹਾਂਜੀ ਦੱਸੋ ਹੁਣ ਕਿਹੜੀ ਗੱਲ ਦਾ ਜਵਾਬ ਦੇਣਾ ਸਰ ਜੀ ਤੁਸੀਂ ਦੱਸੋ ਜੀ ਮੈਂ ਫਿਰ ਉਦਾਂ ਹੀ ਕਹਿਣਾ ਅੱਛਾ ਮੈਂ ਕਹਿ ਰਿਹਾ ਸਰ ਤੁਸੀਂ ਇੱਥੇ 9 ਦਿਨ ਨਹੀਂ ਆਏ ਨਹੀਂ ਆਏ 9 ਦਿਨ ਤੁਸੀਂ ਜਿੱਥੇ ਕੰਮ ਕੀਤਾ ਉੱਥੇ ਤੁਸੀਂ ਇੱਥੇ ਨਾਲੋਂ ਬਹੁਤੇ ਪੈਸੇ ਲਏ ਠੀਕ ਇੱਥੇ ਜਿਹੜਾ ਤੁਸੀਂ ਨਹੀਂ ਆਏ ਹਾਂ ਇੱਥੋਂ ਵੀ ਤੁਸੀਂ ਪੈਸੇ ਕਾਹਦੇ ਲੈਣੇ ਨੇ ਹਾਂ ਹੁਣ ਮੈਂ ਤੁਹਾਨੂੰ ਦੱਸਦਾ ਜਿਹੜਾ ਅਸੀਂ 9 ਦਿਨ ਨਹੀਂ ਨਾ ਆਏ ਜੀ ਠੀਕ ਹੈ ਨਾ ਉਹ ਫੋਰ ਐਗਜ਼ਾਮਪਲ ਮੈਂ ਹੁਣ 9 ਦਿਨ ਨਹੀਂ ਆਇਆ ਮੈਂ 10ਵੇਂ ਦਿਨ ਆਇਆ ਵਾਂ ਉਹ ਹੁਣ ਮੈਂ 20 ਦਿਨ ਤੁਹਾਡੇ ਕੋਲ ਹਾਂ ਠੀਕ ਹੈ ਨਾ ਇਹ 20 ਦਿਨਾਂ ਵਿੱਚ ਅਸੀਂ ਡੇ ਨਾਈਟ ਇੱਕ ਹੋ ਕੇ ਕੰਮ ਕਰਨਾ ਕਿਉਂ ਸਾਨੂੰ ਕਦੀ ਸਜ਼ਾ ਵਾ ਹਾਂ ਮੈਨੂੰ ਕਦੀ ਸਜ਼ਾ ਹੋ ਸਕਦੀ ਹੈ ਕਿਹੜੀ ਗੱਲ ਕਰਨ ਦੇ ਹੋ ਨਹੀਂ ਨਹੀਂ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਨਾ ਗੱਲ ਲੌਜਿਕ ਨਾ ਕਰੋ ਨਾ ਕੱਪ ਪਾ ਕੇ ਨੀ ਗੱਲ ਕਰਨੀ ਲੌਜਿਕ ਨਾ ਕਰਨੀ ਤੁਸੀਂ 9 ਦਿਨ ਬਾਅਦ ਆਓ ਸਾਨੂੰ ਕਾਹਦੀ ਸਿਆਪਾ ਵਾ ਕੇ ਅਸੀਂ ਤੇਰੀ ਵਜ੍ਹਾ ਤੋਂ 14-14 ਘੰਟੇ ਕੰਮ ਕਰੀਏ ਮੇਰੀ ਵਜ੍ਹਾ ਤਾਂ ਨੀ ਕਰਦੇ ਸਰ ਅਸੀਂ ਤੇ ਉਸੇ ਰੁਟੀਨ ਨਾਲ ਕਰਨਾ ਨਾ ਇਹਨੂੰ ਸਹੀ ਤੁਸੀਂ ਰੁਟੀਨ ਨਾਲ ਕਰਦੇ ਹੀ ਇੰਜ ਪਏ ਹੋ ਹਾਂ ਅਸੀਂ ਰੁਟੀਨ ਨਾਲ ਕਰਨਾ ਮਾਦਰ ਤੁਹਾਨੂੰ ਸਹੀ ਦੇਖੋ ਨਾ ਹੁਣ ਅਸੀਂ 3 ਵਜੇ ਦੇ ਆ ਰਹੇ ਹਾਂ ਠੀਕ ਹੈ ਨਾ 7 ਵਜੇ ਨਾਲ ਤੁਸੀਂ ਸ਼ੋਅ ਸ਼ੁਰੂ ਕਰਦੇ ਹੋ ਤੁਸੀਂ 3 ਵਜੇ ਨਾਲ ਸ਼ੋਅ ਸ਼ੁਰੂ ਕਰੋ 4 ਵਜੇ ਨਾਲ ਦੂਜਾ ਕਰੋ 5 ਵਜੇ ਨਾਲ ਤੀਜਾ ਕਰੋ 6 ਵਜੇ ਨਾਲ ਚੌਥਾ ਕਰੋ 7 ਵਜੇ ਨਾਲ 5ਵਾਂ ਕਰੋ ਮੈਂ ਕਹਿ ਰਿਹਾ ਜਿਹੜੇ 9 ਦਿਨ ਤੁਸੀਂ ਨਹੀਂ ਆਏ ਇਹਦੇ ਪੈਸੇ ਤੁਸੀਂ ਕਿਸ ਖਾਤੇ 'ਚ ਲੈਣੇ ਇਹ ਤਾਂ ਇਸ ਖਾਤੇ 'ਚ ਲੈਣੇ ਉਸਤਾਦ ਜੀ ਅਸੀਂ ਡੇਲੀ ਅੱਗੋਂ ਮੈਂ ਪੂਰੇ ਕਵਰ ਨਹੀਂ ਕਰਨੇ ਅੱਗੋਂ ਜਿਹੜੇ ਜੀ ਅੱਗੋਂ ਕਵਰ ਨਹੀਂ ਕਰਨੇ ਸ਼ੋ ਜਿਹੜੇ ਮੈਂ 20-25 ਦਿਨ ਇੱਥੇ ਹੈਗਾ ਵਾਂ ਸਾਡੇ ਨਹੀਂ ਨਹੀਂ 9 ਦਿਨ ਦੇ ਵਿੱਚੋਂ ਪਿੱਛੇ ਰਹਿ ਜਾਂਦੇ ਨੇ 21 ਦਿਨ ਹਾਂ 25 ਨਹੀਂ ਹੁੰਦੇ 21 ਦਿਨ ਰਹਿ ਗਏ ਹੁਣ ਉਹ ਜਿਹੜੇ 21 ਦਿਨ ਮੈਂ ਇੱਥੇ ਆਉਣਾ ਹੈ ਜੀ ਉਹ ਮੈਂ ਉਹ 9 ਦਿਨ ਦਾ ਕੰਮ ਕਵਰ ਕਰਨਾ ਹੈ ਜਿੱਥੇ ਮੈਂ 1-1 ਟੀ ਟਾਈਮ ਕਰਦਾ ਸੀ ਉੱਥੇ ਮੈਂ 2-2-3 ਦਿਨ ਕਰਨੇ ਨੇ ਤੁਹਾਡੇ ਨਾਲ ਆਪਣੀ ਖਾਤਰ ਨਹੀਂ ਜਾ ਰਿਹਾ ਤੇ ਠੀਕ ਆ ਫਿਰ ਉਹਦੇ ਪੈਸੇ ਘਰ ਕਾ ਤੋਂ ਲੈ ਜਾਣਾ ਤੂੰ ਉਹ ਜਿਹੜੇ ਇੱਜ਼ਤ ਵਾਲੇ ਉਹ ਘਰ ਉਹ ਵੀ ਘਰ ਲੈ ਜਾਣਾ ਇੱਥੇ ਵਾਲੇ ਵੀ ਲੈ ਜਾਣਾ ਛੁੱਟੀਆਂ ਕਰਕੇ ਇੱਜ਼ਤ ਵੀ ਮਤਲਬ ਸਾਰੀ ਆਪਣੀ ਕਰ ਰਿਹਾ ਤੇ ਮੇਰੀ ਇੱਜ਼ਤ ਵੀ ਤੂੰ ਮੇਰੀ ਇੱਜ਼ਤ ਕਰ ਰਿਹਾ ਤੂੰ ਉੱਥੋਂ ਪੈਸੇ ਲਿਆ ਕੇ ਸਿੱਧੇ ਸਾਨੂੰ ਫੜਾ ਵਜਾ ਬੱਚਿਆਂ ਨੂੰ ਫੜਾ ਵਿੱਚੋਂ ਕੁਛ ਕਿਉਂ ਨਹੀਂ ਤੂੰ ਕਾ ਤੂੰ ਦੇਖਣਾ ਯਾਨੀ ਕਿ ਤੂੰ ਮੇਰੀ ਇੱਜ਼ਤ ਦੇ ਵਿੱਚੋਂ ਵੀ ਕਮਾਈ ਕਰੀ ਜਾ ਰਿਹਾ ਕਰਾ ਕੇ ਇੱਜ਼ਤ ਵੀ ਵੇਚ ਰਿਹਾ ਤੂੰ ਸਰ ਜੀ ਇੱਜ਼ਤ ਨਹੀਂ ਵੇਚਦਾ ਮੈਂ ਕਦੇ ਵੀ ਅਗਲੀ ਸੈਲਰੀ ਭੇਜੀ ਸੀ ਉਹ ਮੇਰੇ ਕੋਲ ਅੱਜ ਵੀ ਮੈਸੇਜ ਮੌਜੂਦ ਹੈ ਤੁਸੀਂ ਮੈਨੂੰ ਕਿਹਾ ਸੀ ਫੈਸਲ ਇੰਨੀ ਮੈਂ ਸੈਲਰੀ ਭੇਜਣੀ ਹੈ ਬੇਟਾ ਅੱਲਾ ਪਾਕ ਤੇਰੇ ਰਿਜ਼ਕ ਇਜ਼ਾਫਾ ਰਹੇ ਟੈਨਸ਼ਨ ਨਹੀਂ ਲੈਣੀ ਮੈਂ ਤੇਰੇ ਨਾਲ ਮੈਂ ਕਿਹਾ ਉਸਤਾਦ ਜੀ ਤੁਸੀਂ ਇਹ ਵੀ ਨਾ ਭੇਜੋ ਕੋਈ ਇਸ਼ੂ ਨਹੀਂ ਤੇ ਤੁਸੀਂ ਕਹਿ ਜੀ ਠੀਕ ਹੈ ਨਹੀਂ ਨਹੀਂ ਇੰਨੀ ਮੈਂ ਭੇਜਣੀ ਮੈਂ ਕਿਹਾ ਠੀਕ ਹੋ ਗਿਆ ਸਰ ਕੋਈ ਇਸ਼ੂ ਨਹੀਂ ਤੁਸੀਂ ਵੀ ਕੋਈ ਵਾਸ਼ ਭੇਜਿਆ ਸੀ ਮੈਂ ਚ ਹਿੰਮਤ ਹੋਈ ਮੈਂ ਲੈ ਲਾਂਗਾ ਨਹੀਂ ਸਤਾਰ ਜੀ ਚਲੋ ਤੁਸੀਂ 9 ਦਿਨ ਨਾ ਯਾਨੀ ਅੱਜ 7 ਵਜੇ ਆਏ ਨੇ ਨਾ ਸਤਾਰ ਜੀ 10 ਦਿਨ ਬਣਦੇ ਆ 10 ਦਿਨ ਬਣਦੇ ਤੁਸੀਂ 9 ਦੇ ਕੱਟ ਲਓ ਪੈਸੇ ਠੀਕ ਸਤਾਰ ਜੀ ਤੁਸੀਂ ਇਹ ਚ ਖੁਸ਼ ਹੋ
ਦੱਸੋ ਉਸਤਾਦ ਜੀ, ਅੱਲਾ ਜਾਣਦਾ ਅੱਜ ਮੁਕਾਓ। ਮੈਂ ਇਹ ਤਨਖਾਹ ਕਟਾ ਕੇ ਖੁਸ਼ ਹੋ, ਮੈਂ ਇਹ ਕਹਿ ਨਹੀਂ ਮੈਂ ਕੱਟਣੇ ਆ ਕਿ ਨਹੀਂ ਕੱਟਣੇ। ਹਾਂਜੀ ਮੈਂ ਕਹਿ ਰਿਹਾ ਕਿ ਹਰਾਮ ਬੱਚਿਆਂ ਨੂੰ ਖਵਾਉਣ ਲੱਗਿਆ ਤੁਹਾਡੇ ਕਲੇਜੇ ਕਿਉਂ ਨਹੀਂ ਪਾੜਦੇ? ਕਿਉਂ ਕਾਤੋਂ ਖਾਓ, ਮੈਂ ਤੁਹਾਨੂੰ ਖਵਾ ਰਿਹਾ, ਲੇਕਿਨ ਮੈਂ ਕਹਿ ਰਿਹਾ ਤੁਸੀਂ ਕਿਹੜੇ ਇਨਸਾਨ ਹੋ? ਠੀਕ ਹੈ, ਸਾਲ ਹੋ ਗਿਆ ਤਨਖਾਹਾਂ ਲਾਈਆਂ, ਉਸ ਤੋਂ ਪਹਿਲੇ ਉਂਝ ਹੀ ਕਰਦਾ ਸੀ ਮੈਂ ਤੁਹਾਡੇ ਕੋਲ। ਨਹੀਂ ਨਹੀਂ ਨੌ ਦਿਨ ਬੱਚਿਆਂ ਨੂੰ ਹਰਾਮ ਨਵਾਲਾ ਮੂੰਹ ਚ ਪਾਉਣਾ, ਉਹ ਤੇਰਾ ਤੇਰਾ ਜਿਗਰ ਨੀ ਫਟਦਾ? ਉਹ ਤੈਨੂੰ ਬੱਚਿਆਂ ਦੇ ਤਰਸ ਨੀ ਆਉਂਦਾ ਕਿ ਐ ਸੁਹੇਲ ਹਰਾਮ ਮਤ ਖਾ? ਨਹੀਂ ਕਰਦੇ ਓਏ ਬਜੁੱਲਿਆ, ਉਹ ਮੈਂ ਤੇਰੇ ਮੋਬਾਈਲ ਮਾਰ ਦੇਣੀ। ਮੈਂ ਦੋ ਤਿੰਨ ਵਾਰੀ ਰੋਕਤਾ ਹੁਣ ਤੂੰ ਐਡਮਾ ਕਰਦਾ ਪਿਆ ਯਾਰ। ਓਏ ਬਾਸਦਾ ਆਪਣਾ ਮਾਰੋ। ਹਾਂਜੀ ਮੈਨੂੰ ਅੱਜ ਉਧਰ ਪਾ ਦੋ, ਬਹੁਤ ਤਪੇ ਅੱਲਾ। ਨਹੀਂ ਯਾਰ, ਨਹੀਂ ਯਾਰ, ਛੱਡ ਦੇ ਯਾਰ ਉਸਤਾਦ ਜੀ ਨੂੰ, ਅੱਜ ਬਹਿਸ ਕਰਨ ਦੇ ਬੰਨਾ ਯਾਰ। ਮੈਂ ਬਹਿਸ ਤੋਂ ਤੁਸੀਂ ਬਹਿਸ ਹੀ ਕਰਨ ਦੇ ਉਸਤਾਦ ਜੀ? ਅਰੇ ਨਹੀਂ ਨਹੀਂ, ਤੁਸੀਂ ਪੈਸਿਆਂ ਦੀ ਵਿੱਚ ਕਿਉਂ ਗੱਲ ਆ ਰਹੀ ਹੈ? ਨਹੀਂ ਨਹੀਂ, ਪੈਸੋਂ ਕੀ ਬਾਤ ਨਹੀਂ ਕਰ ਰਹਾ, ਮੁਹੱਬਤ ਚ ਪੈਸੇ ਆਣੇ ਨਹੀਂ ਚਾਹੀਦੇ। ਨਹੀਂ ਮੈਂ ਤਾਂ ਇਸ਼ਕ ਦੀ ਖਾਤਰ ਆਉਣਾ ਪਿਆ ਵਾ। ਇੱਕ ਮਿੰਟ ਫੈਸਲ ਸਾਹਿਬ, ਤੁਸੀਂ ਪੈਸੇ ਨਹੀਂ ਜਾ ਰਹੇ ਲਾਹੌਰ? ਨਹੀਂ ਨਹੀਂ, ਨੌ ਦਿਨ ਤੂੰ ਬਾਹਰ ਰਿਹਾ ਮੈਂ ਤੈਨੂੰ ਕਦੋਂ ਖਾਧਾ ਇੱਥੋਂ ਨੌ ਦਿਨ ਤੂੰ ਬਾਹਰ ਰਿਹਾ ਮੈਂ ਤੈਨੂੰ ਕਦੋਂ ਖਾਧਾ ਮੈਂ ਇਹ ਹਰਾਮ ਕਿਉਂ ਖਾ ਰਹੇ ਹੋ ਬੁੰਮ ਬੁੰਮ ਆ ਨੌ ਦਿਨ ਮੈਂ ਕਦੋਂ ਖਾਧਾ ਇੱਥੋਂ ਲਓ ਸਾਜੀ ਵੈਸੇ ਹਰਾਮ ਨਹੀਂ ਨਹੀਂ ਹਾਂ ਨੌ
ਇਹਦਾ ਸਿਰਫ ਆ ਕੇ ਦਿਨ ਹੁੰਦਾ ਕਿਹੜੇ ਟਾਈਮ ਇੰਜ ਕੰਪਲੀਟ ਹੋਵੇ ਓਕੇ ਮੈਂ ਕਹਾਂ ਉਸਤਾਦ ਜੀ ਮੈਂ ਜਾ ਰਿਹਾ ਯਾਰ ਉਸਤਾਦ ਤੁਸੀਂ ਕੱਟ ਕੇ ਕੱਟਣੇ ਆ ਕਟਾ ਨਹੀਂ ਕੱਟ ਯਾਰ ਮੈਂ ਨਹੀਂ ਕੱਟਣੇ ਮੈਂ ਕਹਿ ਰਿਹਾ ਜਦੋਂ ਔਲਾਦ ਦੇ ਮੂੰਹ ਚ ਹਰਾਮ ਨਵਾਲਾ ਜਾਂਦਾ ਹਾਏ 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 ਇੱਥੋਂ ਬੰਦ ਕਿਉਂ ਨਹੀਂ ਹੁੰਦਾ ਗਲਾ ਹਾਏ ਹਾਏ ਅੱਛਾ ਫਿਰ ਇੱਕ ਵਾਰੀ ਨਵਾਲਾ ਭੇਜੋ ਕਿੱਦਾਂ ਜਦੋਂ ਫੈਸਲ ਸਾਹਿਬ ਲੈਗ ਪੀਸ ਮੰਗਾਉਂਦੇ ਨੇ ਸੁਹੇਲ ਸਾਹਿਬ ਦੇ ਮੂੰਹ ਚ ਜਾਂਦਾ ਇਹਨੂੰ ਮੌਤ ਕਿਉਂ ਨੀ ਪੈਂਦੀ ਉਦੋਂ ਇਹਨੂੰ ਕਿਉਂ ਨੀ ਲੱਗਦਾ ਮੇਰੇ ਬੱਚੇ ਹਰਾਮ ਖਾ ਰਹੇ ਸੁਹੇਲ ਬਾਹਰ ਕੱਢਦੇ ਇਹ ਨੌ ਦਿਨਾਂ ਵਾਲੇ ਪੈਸਿਆਂ ਰਾਹੀਂ ਮੈਂ ਉੱਥੇ ਗਿਆ ਹੀ ਨਹੀਂ ਸੀ ਬਾਹਰ ਕੱਢਦੇ ਨਿਵਾਲਾ ਬਾਹਰ ਕੱਢਦੇ ਤੈਨੂੰ ਮੈਂ ਮੁਜ਼ਾਕਰਾਂ ਤਾਲੇ ਪੈਸੇ ਚੋਂ ਖਵਾਉਣਾ ਇਹਨੂੰ ਬਾਹਰ ਕੱਢਦੇ ਇਹਦੇ ਘਰ ਦੋ ਛਾਪਰ ਲੈ ਕੇ ਜਾਂਦਾ ਕਹਿੰਦਾ ਬੇਟਾ ਇੱਕ ਹਰਾਮ ਜੇ ਕਲਾਮ ਜੇ ਕਿੰਨਾ ਤੁਸੀਂ ਜ਼ਿਆਦਾ ਦੇਖ ਰਹੇ ਹੋ ਵੀ ਫੈਸਲ ਰਾਮੇ ਨੂੰ ਮੈਂ ਤਾਂ ਕੁਛ ਵੀ ਨੀ ਸਾਜੀ ਤੁਹਾਨੂੰ ਵੇਖਦੇ ਨੇ ਸਾਰੇ ਤੈਨੂੰ ਸ਼ਰਮ ਨੀ ਆਉਂਦੀ 9 ਦਿਨ 9 ਮਹੀਨੇ ਉਹਨਾਂ ਪੇਟ ਚ ਵੀ ਤੇ ਰੱਖਿਆ ਤੈਨੂੰ ਹਾਂ ਸਹੀ ਗੱਲ ਹਾਂ ਤੇ ਤੂੰ ਬਾਹਰ ਆ ਕੇ ਹਰਾਮ ਖਾਣ ਲੱਗ ਹੁਣ ਇਹਨਾਂ ਨੇ ਫਿਰ 21 ਦਿਨ ਨਹੀਂ ਬਖਸ਼ਣੇ ਤੈਨੂੰ ਤੂੰ ਉਹਨਾਂ ਨੂੰ ਤੇ ਉਹਨਾਂ ਤੈਨੂੰ 32 ਡ੍ਰੌਪਸ ਬਖਸ਼ਦੇ ਆ ਮਸਜਿਦ ਚ ਬਹਿ ਕੇ ਫੋਨ ਕਰਨਾ ਔਰ ਦੇਖੋ ਮੇਰੀ ਗੱਲ ਸੁਣੋ ਤਰੀਕਾ ਇਹ ਹੁੰਦਾ ਵਾ ਕਿ ਸਰ ਇਹ ਮੇਰੇ ਮਹਿਕਮਾ ਏ ਕੰਪਨੀ ਏ ਮੁਰਸ਼ਦੇ ਠੀਕ ਆ ਜੀ ਉਸਤਾਦ ਜੀ ਮੈਂ ਪੁੱਛਣਾ ਸੀ ਕਿ ਮੈਂ ਉਮਰੇ ਤੇ ਜਾਣ ਦਾ ਜ਼ੇਨ ਬਣਾਇਆ ਹਾਂਜੀ ਜਾਵਾਂ ਨਾ ਜਾਵਾਂ ਅਗਲੇ ਮਹੀਨੇ ਚੱਲ ਜਾਵਾਂ ਉਸ ਤੋਂ ਅਗਲੇ ਮਹੀਨੇ ਚੱਲ ਜਾਵਾਂ ਕੋਈ ਐਸਾ ਹਿਸਾਬ ਕਰੀਏ ਕੋਈ ਸਟਾਰਟ ਐਸਾ ਟੀ ਟਾਈਮ ਐਡਵਾਂਸ ਕਰੀਏ ਤਾਂ ਕਿ ਮੈਂ 20-21 ਦਿਨ ਨਹੀਂ ਚਲੋ ਮੈਂ 14 ਦਿਨਾਂ ਵਾਸਤੇ ਚਲਾ ਜਾਂਦਾ ਕਿਉਂਕਿ ਕੰਮ ਹੈ ਅਤੇ 14 ਟੀ ਟਾਈਮ ਐਡਵਾਂਸ ਕਰ ਲਈਏ ਅਤੇ ਤੁਸੀਂ ਕੀ ਕਹਿੰਦੇ ਹੋ ਸਹੀ ਅਤੇ ਮੈਂ ਤੁਹਾਨੂੰ ਕਹਾਂ ਕਿ ਹਾਂ ਠੀਕ ਆ ਯਾਰ ਚੱਲ ਤੂੰ ਜਾਣਾ ਨਾ ਫਰੀਦ ਫੈਸਲ ਸਾਰੇ ਬੈਠੋ ਮਿੱਠੇ ਨੇ ਜਾਣਾ ਵਾ ਅਤੇ 14 ਟੀ ਟਾਈਮ ਐਡਵਾਂਸ ਕਰ ਲਓ ਅਤੇ ਇਸ ਤਰ੍ਹਾਂ ਦਿਨ ਰਾਤ ਮੈਂ ਮਿੱਠੇ ਨੂੰ ਵੀ ਕਹਾਂ ਮਿੱਠੇ ਯਾਰ ਤੂੰ ਇਹਨਾਂ ਨੂੰ ਮਿੰਤਰਲਾ ਕਰਕੇ ਨਾ ਅਤੇ ਤੂੰ ਇਹਨਾਂ ਨੂੰ ਕਹਿ ਕੇ ਉਸਤਾਦ ਜੀ ਮੈਂ ਜਾਣਾ ਅਤੇ ਮੇਰਾ ਕਰ ਦਿਓ ਲੇਕਿਨ ਨਹੀਂ ਮਿੱਠਾ ਸਾਹਿਬ ਨੇ ਉਸਤਾਦ ਜੀ ਮਾਰਕ ਵਹੀ ਚੱਲੇ ਆ
ਇੱਕ ਮਿੰਟ ਸਾਜੀ ਇੰਝ ਤੇਰਾ ਕਬੂਲ ਹੋ ਜਾਊਗਾ ਸਾਰਾ ਕੁਛ ਕਰਾ ਲਿਆ ਉਤੋਂ ਕਰਾ ਵੀ 21 ਦਿਨਾਂ ਦਾ ਲਿਆ ਉਤੋਂ ਮੇਰੇ ਤੇ ਆ ਭਾਰ ਪਾ ਰਿਹਾ ਨਹੀਂ ਨਹੀਂ ਸਾਹ ਜੀ ਅੱਲਾ ਦੇ ਘਰ ਗਿਆ ਉੱਥੇ ਕੁਝ ਇਹ ਲਹਿਦਾ ਮੇਰੇ ਤੇ ਪ੍ਰੈਸ਼ਰ ਪਾ ਕੇ ਮੈਨੂੰ ਚੁੱਪ ਕਰਾ ਰਾਮ ਖਾਨਾ 9 ਦਿਨ ਛੱਡ 21 ਦਿਨ ਗਿਆ 21 ਦਿਨ ਓਏ ਪੜੋਚ ਮੈਂ ਕਹਿੰਦਾ ਮੈਂ 21 ਦਿਨ ਉਹ ਤੇਰਾ ਕਿੰਨਾ ਕਬੂਲ ਹੋ ਜਾਏਗਾ ਤੂੰ ਉੱਥੋਂ ਪੈਸੇ ਲੈ ਰਿਹਾ ਹਰਾਮ ਕਮਾ ਦੇ ਛੁੱਟੀ ਕਰਕੇ ਬੱਚਿਆਂ ਨੂੰ ਸਿੰਧ ਬਾਦ ਫਰਾਉਣ ਵਾਲੇ ਹੋ ਓਏ ਤੁਸੀਂ ਕੀ ਕਿੱਦਾਂ ਤੁਸੀਂ ਕੀ ਬਣੇਗਾ ਤੁਹਾਡਾ ਹਾਂ ਓਏ ਹਮਸਾਏ ਤੇ ਥੁੱਕਦਾ ਮੇਰੇ ਕੋਲ ਤੇਰਾ ਮੂੰਹ ਆ ਹੁਣ ਦੱਸ ਹੁਣ ਇਹ ਹਰਾਮ ਨੀ ਹੈ ਅਸੀਂ ਤਾਂ ਝੂਠ ਵੀ ਨੀ ਬੋਲਦੇ ਸੱਚ ਬੋਲ ਕੇ ਜਾਈਦਾ ਵਾ ਨਹੀਂ ਤੇ ਹਮਸਾਏ ਦਾ ਕਿਉਂ ਕਹਿਣਾ ਸੀ ਤੂੰ ਆਪਣਾ ਕਹਿ ਲੈਂਦਾ ਕਰਦਾ ਅੱਛਾ ਨਹੀਂ ਇਸ ਗੱਲ ਦਾ ਫਿਰ ਮੈਂ ਹਿਸਾਬ ਲਾਇਆ ਫੈਸਲ ਸਾਹਿਬ ਸੱਚੇ ਮਿੱਠਾ ਵੀ ਥੋੜਾ ਸੱਚਾ ਦੇਖੋ ਸਹੀ ਬਹਿਨੋਈ ਦਾ ਫੋਤ ਹੋਇਆ ਸੀ ਜਨਾਜ਼ੇ ਤੋਂ ਬਾਅਦ ਬੱਚਿਆਂ ਨੂੰ ਲੈ ਗਿਆ ਸਿੰਘ ਬਾਦ ਅੱਲਾ ਉਹਨੂੰ ਵਰੀਕੇ ਰਹਿਮਤ ਕਰੇ ਅੱਲਾ ਪਾਕ ਉਹਦੀ ਅਗਲਾ ਮੰਜ਼ਲਾਂ ਆਸਾਨ ਕਰੇ ਅੱਲਾ ਪਾਕ ਸਾਡੀ ਭੈਣ ਦੇ ਅੱਗੋਂ ਨਸੀਬ ਚੰਗੇ ਕਰੇ ਤੇ ਬੱਚਿਆਂ ਦੇ ਸਾਨੀਆਂ ਪੈਦਾ ਕਰੇ ਇਹ ਤਾਂ ਉਹਨਾਂ ਦਾ ਮਾਮਲਾ ਹੁਣ ਜਿਹੜੇ ਭਨਵਈਏ ਦੀ ਵਫਾਤ ਨੂੰ ਹੌਲੀਡੇ ਦੀਆਂ ਛੁੱਟੀਆਂ ਸਮਝ ਰਹੇ ਨੇ ਉਹਨਾਂ ਬਗੈਰਤਾ ਦਾ ਤੂੰ ਕੀ ਕਰੇਂਗਾ ਉੱਠ ਕੇ ਜਾਓ ਨਫੀਸ 50-50 ਇਨਸਾਨ ਤੈਨੂੰ ਗੈਰਤ ਨੀ ਆਉਂਦੀ ਹੌਲੀਡੇ ਬਣਾ ਓਏ ਮੈਂ ਮੇਰੀ ਗੱਲ ਸੁਣ ਲੈ ਮੈਂ ਫੈਸਲ ਸਾਹਿਬ ਮੈਂ ਛੁੱਟੀ ਮੇਰੀ ਇੱਕ ਵੀ ਸਾਬਤ ਕਰੋ ਜਿਹੜੀ ਇਲੀਗਲ ਆ ਤੁਸੀਂ ਲੀਗਲ ਛੁੱਟੀਆਂ ਨਹੀਂ ਕੀਤੀਆਂ ਤੁਸੀਂ ਅੱਜ 7 ਵਜੇ ਛੁੱਟੀ ਅੱਜ ਦੀ ਕਾਉਂਟ ਕਰਦੇ ਹੋ ਓ ਮੈਂ ਜ਼ੈਬੀ ਨਾਟੇ ਮੇਰੀ ਗੱਲ ਸੁਣ ਲੈ ਮੈਂ ਆਪਣੇ ਕੰਮ ਦੇ ਨਾਲ ਮੁਖਲਿਸ ਹੋ ਰਿਹਾ ਅਲਹਮਦੁਲਿਲਾ ਮੈਨੂੰ ਅਹਿਸਾਸ ਆ ਮੈਂ ਆਪਣੇ ਬੱਚਿਆਂ ਨੂੰ ਹਰਾਮ ਨਹੀਂ ਕਵਾਇਆ ਅੱਜ ਤੱਕ ਹਲੇ ਕੱਲ ਛੁੱਟੀ ਕਰਕੇ ਆ ਭਾਈ ਮਾਫੀ ਦੇ ਦੇ ਹਲੋ ਕੱਲ ਭੋਰਾ ਗਵਾਇਆ ਬਸ ਆ ਦੇਖਿਆ ਬਾਅਦ ਜਿੰਦਾ ਸੀ ਨਾ ਮੇਰੀ ਸੁਲਮਾਨ ਸਾਹਿਬ ਦੇ ਨਾਲ ਡਿਸਕਸ ਹੋ ਰਹੀ ਸੀ ਫੋਨ ਤੇ ਮੈਂ ਕਦੇ ਵੀ ਗਲਤ ਬਿਆਨੀ ਨਹੀਂ ਕਰਨ ਡਿਆ ਅੱਜ ਵੀ ਮੈਂ ਕਹਿ ਦਿੰਦਾ ਕਿ ਮੈਂ ਲਾਹੌਰ ਹਾਂ ਲੇਕਿਨ ਮੈਂ ਉਹਨਾਂ ਅੱਗੇ ਝੂਠਾ ਨਹੀਂ ਹੋਣਾ ਅੱਛਾ ਪਤਾ ਕੀ ਯਕਦਮ ਸਾਜਣ ਵਿਚਲੀ ਗੱਲ ਤੁਹਾਨੂੰ ਬੜੀ ਬਰੀਕ ਹੋ ਗਈ ਪਤਾ ਕੀ ਇਹਨੇ ਕੀਤਾ ਇਹ ਆਇਆ ਰਾਤ ਦਾ ਤੇ ਉਹਨਾਂ ਪਤਾ ਕੀ ਕਹਿੰਦਾ ਮੈਂ ਉਹਨਾਂ ਅੱਗੇ ਤੇ ਜਦੋਂ ਯਾਦ ਆਇਆ ਨਾ ਫਿਰ ਰਾਤ ਦਾ ਕਹਿੰਦਾ ਮੈਂ ਉਹਨਾਂ ਅੱਗੇ ਇਹਨਾਂ ਅੱਗੇ ਝੂਠਾ ਕਈ ਜਿਨ੍ਹਾਂ ਨੇ ਸਾਡੇ ਖਿਲਾਫ ਬੜੇ ਪਲੰਦੇ ਕੀਤੇ ਨੇ ਜਿਹੜੇ ਬਗੈਰਤੀਆਂ ਕਰਦੇ ਨੇ ਚਵਲਾਂ ਮਾਰਦੇ ਨੇ ਮੈਂ ਬਹੁਤ ਸੋਹਣਾ ਜਵਾਬ ਦੇ ਗਿਆ ਚਲੋ ਕੋਈ ਨੀ ਉਹਨਾਂ ਨੂੰ ਉਸਤਾਦ ਜੀ ਨਹੀਂ ਵੈਸੇ ਇਹ ਜਿਹੜਾ ਤੂੰ ਕਰਕੇ ਆਇਆ ਨਾ ਵੈਸੇ ਸਾਡਾ ਬਣਦਾ ਨੇ ਜਵਾਬ ਦੇਣਾ ਉਸ ਚੈਨਲ ਦਾ ਬਣਦਾ ਵਾ ਲੀਗਲ ਤਰੀਕੇ ਨਾਲ ਦੇਖੋ ਮੇਰੀ ਗੱਲ ਫੈਸਲ ਸਾਹਿਬ ਮੇਰੀ ਗੱਲ ਸੁਣੋ ਅਸੀਂ ਤੁਹਾਡੇ ਸ਼ੋਅ 'ਚ ਗਏ ਮਜ਼ਾਕਰਾ 'ਚ ਕਿੰਨੇ ਜਾਣੇ ਗਏ ਸਾਰੀ ਟੀਮ ਗਏ ਸੀ ਚਾਰ ਤੋਂ ਪੰਜ ਜਾਣੇ ਤੁਸੀਂ ਸੀਗੇ ਤਿੰਨ ਜਾਣੇ ਸੀਗੇ ਡੌਨ ਚਾਰ ਜਾਣੇ ਤੇ ਪੰਜਵਾਂ ਮੈਂ ਹਾਂਜੀ ਤੂੰ ਉੱਥੇ ਸੀ ਅਸੀਂ ਪੰਜ ਜਾਣੇ ਗਏ ਠੀਕ ਹੋ ਗਏ ਗੱਡੀ ਆਪਣੇ 'ਚ ਕਮ ਅਜ਼ ਕਮ ਲਾਹੌਰੋਂ ਜਾਣ ਆਉਂਦਾ 10 ਤੋਂ 12 ਹਜ਼ਾਰ ਦਾ ਤੇਲ ਲੱਗਾ ਹੋਣਾ ਠੀਕ ਹੈ ਜੀ ਉੱਥੇ ਸਾਰਿਆਂ ਨੇ ਪਰਫੋਰਮੈਂਸ ਕੀਤੀ ਅਸੀਂ ਸਾਰੇ ਹੀ ਮਾੜੇ ਮੋਟੇ ਆਰਟਿਸਟ ਹਾਂ ਠੀਕ ਆ ਪਰਫੋਰਮੈਂਸ ਕੀਤੀ ਤੇਲ ਆਪਣਾ ਲਾ ਕੇ ਗਏ ਤੈਨੂੰ ਕਸਮ ਲੱਗੇ ਮੌਲਾ ਦੀ 10-1 ਰੁਪਇਆ ਵੀ ਮੈਂ ਲਿਆ ਉਹਨਾਂ ਕੋਲ ਨਹੀਂ ਨਾ ਲਿਆ 1 ਰੁਪਇਆ ਵੀ ਨਹੀਂ ਲਿਆ ਜਾਂ ਮੈਂ ਕਿਹਾ ਹੀ ਹੋਵੇ ਕਿਸੇ ਨੂੰ ਉੱਥੇ ਕਿ ਮੇਰੇ ਪੈਸੇ ਦਿਓ ਨਹੀਂ ਅੱਛਾ ਲੱਗਾ ਕਿਸੇ ਸੀਨੀਅਰ ਆਰਟਿਸਟ ਨੂੰ ਤੇ
ਉਹਦਾ ਜਵਾਬ ਅਸੀਂ ਤਾਂ ਨਹੀਂ ਦੇਣਾ ਬਣਦਾ, ਉਹ ਸ਼ੋਅ ਉਹ ਚੈਨਲ ਉਹਦਾ ਹੋਸਟ ਉਹ ਉਹਨਾਂ ਨੂੰ ਜਵਾਬ ਦੇਣਾ। ਤੂੰ ਕਦੀ ਗੱਲੋਂ ਜਾਂ ਅਸੀਂ ਕਦੀ ਗੱਲੋਂ ਗੁੱਸਾ ਕਰ ਰਹੇ, ਮੈਂ ਦੱਸ ਦਿੰਦਾ ਤੁਹਾਨੂੰ, ਤੁਸੀਂ ਮੈਨੂੰ ਵੀ ਅੱਜ ਤੱਕ ਨੇ ਦੱਸਿਆ ਨੇ ਤੇਲਾ ਮਾਫ ਦੇ ਪੈਸੇ ਲੈਣਾ ਤੇ ਮੇਰਾ ਖੱਬੇ ਹੱਥ ਦਾ, ਮਤਲਬ ਇੱਥੇ ਮੈਂ ਗੱਲ ਯਾਰ ਇਮਰਾਨ ਅਸ਼ਰਫ ਸਾਹਿਬ ਹੋ ਗਏ ਜਿੱਦਾਂ ਮੈਂ ਉਹ ਜਿਹੜੇ ਸੀ ਜਾਣਾ ਹੁੰਦਾ ਸੀ ਉੱਥੇ ਸ਼ੋਅ ਚ ਨੁਮਾਨ ਅਜਾਦ ਸਾਹਿਬ ਦੇ ਸ਼ੋਅ ਚ ਜਾਣਾ ਹੁੰਦਾ ਸੀ, ਉਹ ਵੀ ਮੈਂ ਉਹਨਾਂ ਦੀ ਬੱਚ ਮੈਂ 20 ਵਾਰੀ ਕਿਹਾ ਯਾਰ ਮੇਰੇ ਲਈ ਇਹੀ ਮੇਰੀ ਮੁਆਵਜ਼ਾ ਸੀ ਕਿ ਮੈਂ ਨੁਮਾਨ ਅਜਾਦ ਸਾਹਿਬ ਦੇ ਸਾਹਮਣੇ ਬੈਠਾ, ਮੈਂ ਮੰਗੇ ਹੀ ਨਹੀਂ ਉਹਨਾਂ ਕੋਲ, ਉਹਨਾਂ ਨੂੰ ਕਿਹਾ। ਆਫਤਾਬ ਸਾਹਿਬ ਕੋਲ ਕਿੰਨੇ ਲਏ? ਆਫਤਾਬ ਸਾਹਿਬ ਕੋਲ ਮੈਂ ਉਹਨਾਂ ਕੋਲ ਵੀ ਨਹੀਂ ਲਏ ਜਿੰਨੇ ਇਹਨਾਂ ਕੋਲ ਲਏ, ਇਸੇ ਰੇਟ ਤੋਂ ਉੱਤੇ, ਇਸੇ ਰੇਟ ਤੋਂ ਉੱਤੇ ਵੀ ਗਏ। ਯਾਰ ਬੇਸਿਕ, ਅੱਛਾ ਯਾਰ ਗੱਲ ਇੱਕ, ਹਰ ਜਗ੍ਹਾ ਹੀ ਨਹੀਂ ਪੈਸਾ ਹੁੰਦਾ ਯਾਰ। ਅੱਛਾ ਤੇ ਗੱਲ ਹੈ, ਇਮਰਾਨ ਅਸ਼ਰਫ ਸਾਹਿਬ ਉਹ ਮੇਰਾ ਭਰਾ ਵਾ, ਉਹ ਮੈਨੂੰ ਹਜ਼ਾਰ ਵਾਰੀ ਬੁਲਾਵੇ ਮੈਂ ਹਜ਼ਾਰ ਵਾਰੀ ਜਾਊਂਗਾ, ਠੀਕ ਹੈ ਨਾ। ਲੇਕਿਨ ਜਿਸ ਚੈਨਲ 'ਤੇ ਤੁਸੀਂ ਸ਼ੋਅ ਕਰ ਲਿਆ ਉਸ ਚੈਨਲ 'ਤੇ ਅਗਰ ਕੋਈ ਉਨੀ ਕੀ ਹੋਈ ਆ ਜਾਂ ਕੋਈ ਹੋਈ ਆ ਤੇ ਹੁਣ ਅਸੀਂ ਤਾਂ ਕਹਿੰਦੇ ਕਿ ਯਾਰ ਅਸੀਂ ਉਸ ਚੈਨਲ 'ਤੇ ਗਏ ਹਾਂ ਅਤੇ ਸਾਡੇ ਬਾਰੇ 'ਚ ਜੀ ਕਿਸੇ ਨੇ ਆਹ ਗੱਲ ਕਰਤੀ, ਅਸੀਂ ਨਾ ਉਸ ਚੈਨਲ 'ਤੇ ਜਾਂਦੇ। ਸਮਝ ਆ ਰਹੀ ਨਾ ਗੱਲ ਦੀ? ਬਹਰਾਲ ਫੈਸਲ ਸਾਹਿਬ ਤੁਸੀਂ ਇਸ ਫਾਈਟ ਲਈ ਸਾਡੇ ਲਈ ਨਹੀਂ ਫਾਈਟ ਲੜੀ, ਤੁਸੀਂ ਆਪਣੇ ਲਈ। ਉਸਤਾਦ ਜੀ ਗੱਲ ਉਹ ਯਾਰ, ਮੈਂ ਉਹਨਾਂ ਦੀ ਤਾਂ ਗੱਲ ਹੀ ਨਹੀਂ ਕਰਨਾ, ਮੈਂ ਹੋਰ ਕਿਸੇ ਕਰੈਕਟਰਾਂ ਦੀ ਗੱਲ ਕਰ ਰਿਹਾ। ਹੋਰ ਜਿਹੜੇ ਵੀ ਨੇ ਯਾਰ, 9 ਦਿਨਾਂ ਦਾ ਹਿਸਾਬ ਕਰੋ, ਆਰਾਮ ਖਾ ਕੇ ਤੁਸੀਂ ਇੱਥੇ ਬਹਿ ਕੇ ਤੇ ਗੱਲਾਂ ਕਰਨ ਡੇ ਹੋ। ਇਹਦੇ ਘਰ ਬਿਸਕਿਟ ਮੁੱਕ ਜਾਣਾ ਤੇ ਬੱਚੇ ਕਹਿੰਦੇ ਪਾਪਾ ਉਹ ਕੇਕ ਰਾਸੀ ਖਤਮ ਹੋ ਗਏ, ਕਹਿੰਦਾ ਪਿਤਾ ਉਹ ਹਰਾਮ ਵਾਲੇ ਸ਼ਾਪਰ ਚ ਵੇਖ ਤੁਹਾਡੇ ਪਏ ਹੋਣੇ ਆ, ਏਦਾਂ ਕਹਿੰਦਾ ਕਸਮ। ਚਲੋ ਠੀਕ ਹੋ, ਕਰ ਚੀਨਾ ਨਾਮ ਰੱਖੇ ਆ ਹਰਾਮ ਕੇ ਦੂਧ ਕੀ ਜਿਹੜਾ ਚਾਹੇ ਤੋਂ ਬਣਾਓ, ਮੈਂ ਚੱਲ ਲਿਖਿਆ ਹੋਇਆ ਮੈਂ ਹਰਾਮ ਲਾਲ। ਹਾਂ ਨਹੀਂ ਨਹੀਂ ਇਹਦੇ ਘਰ ਮਸ਼ਹੂਰੀ ਬਣਦੀ ਹੈ, ਚਾਹ ਪੀ ਕੇ ਕਹਿੰਦਾ ਹਰਾਮ ਕਾ ਦੂਧ ਚੁਸ ਤੋ ਤਵਾਨਾ, ਇਹ ਡਿੰਗ ਡੋਂਗ ਗਾਉਂਦਾ ਕਹਿੰਦਾ ਹਰਾਮ ਕੀ ਡਿੰਗ ਡੋਂਗ ਬਬਲ ਇੰਨਾ ਹਰਾਮ ਯਾਰ, ਹਰਾਮ ਕੀ ਡਿੰਗ ਡੋਂਗ ਬਬਲ, ਇੰਨਾ ਹਰਾਮ ਖਾਂਦੇ ਆ ਹਲਾਲ ਕੇਕ ਵੀ ਹਰਾਮ ਪੈ ਗਿਆ। ਹਲਾਲ ਕੰਪਨੀ ਨੇ ਸਾਜੀ ਉਹਦੇ ਥੱਲੇ ਵੀ ਹਰਾਮ ਲਿਖਾਇਆ ਛੋਟਾ ਜਿਹਾ ਕਰਕੇ, ਉਹਨੂੰ ਵੀ ਹਰਾਮ ਕੀਤਾ ਪਿਆ। ਇਹਨੇ ਮੁਰਗੇ ਰੱਖੇ ਨੇ ਘਰ ਤੇ ਉਹ ਇੱਕ ਦਿਨ ਰੱਖਿਆ ਹਲਾਲ ਦਾ, ਇੱਕ ਦਿਨ ਹਰਾਮ ਦਾ। ਅੱਛਾ ਸਾਜੀ ਹੁਣ ਫਰੀਦ ਅਗਰ ਮੇਰੇ ਹਲਾਲ ਹੋਏ ਮਾਸ਼ਾਅੱਲਾ, ਇਹਨੂੰ ਮੈਂ ਹਰਾਮ ਦੀ ਚਾਹ ਪਿਲਾਵਾਂ ਹਲਾਲ ਦੀ ਚਾਹ ਪਿਲਾਵਾਂ? ਮੈਨੂੰ ਡਰ ਹੈ ਮੈਂ ਉਹਨੂੰ ਹਲਾਲ ਦੀ ਪਿਲਾਈ ਇਹਨੂੰ ਲੜ ਜਿਹੜੀ ਲੱਗੂਗੀ। ਅਸੀਂ ਤੇ ਮੈਂ ਤੇ ਇਹ ਗੱਲ ਨਹੀਂ ਕਹਿੰਦਾ, ਮੈਂ ਕਹਿੰਦਾ ਉਸਤਾਦ ਜੀ ਸਾਡੀ ਮਾਂ ਵਾ। ਕੌਣ? ਲੇਕਿਨ ਅਸੀਂ ਉਸਤਾਦ ਨਾਲ ਇਸ ਤਰ੍ਹਾਂ ਹਰਾਮ ਕਰੀਏ, ਆਪਣੀ ਮਾਂ ਨਾਲ ਹਰਾਮ ਕੀਤਾ। ਗੱਲ ਸੁਣ ਲੈ, ਕਾਜੀ ਤੇਰਾ ਜ਼ਿਆਦਾ ਬਾਉਲ ਮੇਰੇ ਤੈਨੂੰ ਪਤਾ ਦਿਲ ਚ ਕਿੰਨੀਆਂ ਗੱਲਾਂ ਸੀ, ਲੇਕਿਨ ਮਜਬੂਰੀ ਦੇ ਤਹਿਤ ਨਹੀਂ ਹੋਈਆਂ। ਨਹੀਂ ਨਹੀਂ ਉਸਤਾਦ ਸਾਡੀ ਮਾਂ ਵਾ, ਮੈਂ ਮਾਂ ਸਮਝਦਾ, ਮੇਰਾ ਬਾਪ ਆ, ਚੱਲ ਲੜਾਣੇ ਤੁਸੀਂ ਮਾਂ ਪਿਓ ਨੂੰ ਲੜਾਓਗੇ ਕਿੱਦਾਂ? ਸਹੀ ਗੱਲ ਸਿੱਧੀ ਸਾਫ਼ ਗੱਲ, ਮੇਰੇ ਪਿਓ ਤਾਂ ਕਹੇਗਾ, ਮੈਂ ਇਹਦੀ ਮਾਂ ਨੂੰ ਕਹੂੰਗਾ। ਤੂੰ ਕਹਿ ਹਾਂ ਮੇਰੀ ਮਾਂ ਨੂੰ ਤਾਂ ਮੈਂ ਤੈਨੂੰ ਦੱਸਾਂ ਫਿਰ, ਤੂੰ ਮੈਂ ਤੇਰਾ ਪਿਓ ਉਹਨਾਂ ਨੇ ਇੱਥੇ ਨੰਗਾ ਕਰਤਾ, ਤੂੰ ਵੈਸੇ ਮੈਨੂੰ ਜਾਣਦਾ ਨਹੀਂ, ਮੈਨੂੰ ਤੇਰੀ ਮਾਂ ਦੀਆਂ ਵੀ ਕਰਤੂਤਾਂ ਦਾ ਪਤਾ। ਆਪਣੇ ਪਿਓ ਦਾ ਪਤਾ ਕਰ, ਮੈਂ ਤੈਨੂੰ ਕਹਿ ਦਿੱਤਾ ਈ, ਤੂੰ ਮਰੇ ਆਪਣੀ ਮਾਂ ਤੇ ਕੰਟਰੋਲ ਕਰ, ਮੇਰੇ ਕੋਲ ਨਹੀਂ ਹੁੰਦਾ, ਮੇਰਾ ਪਿਓ ਕੋ ਵੀ ਨਹੀਂ ਹੁੰਦਾ। ਲੇਕਿਨ ਉਸਤਾਦ ਜੀ ਤੁਸੀਂ ਸਾਡੇ ਮਾਂ ਬਾਪ ਲਾ ਲਓ, ਅਸੀਂ ਤੁਹਾਡੇ ਕੋਲ ਲੜ ਕੇ ਜੀਜੀ ਖਾਣੀ ਉਸਤਾਦ ਜੀ 10 ਰੁਪਏ ਦੇ, ਜੀਜੀ ਖਾਣੀ ਉਸਤਾਦ ਜੀ 100 ਰੁਪਇਆ ਦਿਓ, ਅਸੀਂ ਇੱਦਾਂ ਕਰ ਲੈਂਦੇ। ਲੇਕਿਨ ਅਸੀਂ ਉਸ ਮਾਮਲੇ ਜਿਹੜਾ ਫਰਜ਼ ਆ ਨਾ, ਮਾਂ ਦਾ ਫਰਜ਼ ਪਿਓ ਦਾ ਫਰਜ਼ ਅਸੀਂ ਭੁੱਲ ਜਾਈਏ ਫੈਸਲ ਸਾਹਿਬ, ਬਿਲਕੁਲ ਲੱਖ ਲਾਣਾ ਤੁਹਾਡੇ ਦੋਵਾਂ ਤੇ, ਤੈਨੂੰ ਵੀ ਕਿਤੇ ਛੁੱਟੀ ਲੈਣੀ ਪੈ ਜਾਂਦੀ। ਆਹੋ ਨਹੀਂ ਨਹੀਂ, ਮੈਂ ਉਸਤਾਦ ਜੀ ਨੂੰ ਪਤਾ ਮੈਂ ਉਹ ਬੰਦਾ ਹੀ ਨਹੀਂ ਜਿਹੜਾ ਕਾਰ 'ਚ ਰਾਤ ਨੂੰ ਤੀਮੀ ਹਾਂ ਸੇਲ ਹਾਂ ਆਪ
सब तो पहले बिस्मिल्ला पढ़ के नान तोड़ के नवाले जो मुंह च जांदे ने उस हराम दे नाल इना दे मेदे ब्लास्ट क्यों नहीं हुंदे गिले ते पांदा सी गिले ते सुके ते गिले ते मैं कहना सेल आली गल जिहड़ी उहने कीती है उहनां नूं ते पता इक इक तुहाडी एक्टिविटी दा पता एक दो तीन चार पांच बंदे निकल जा नहीं ऐसा तो नहीं ना फैसला बड़ा बड़ी चबला मारन डे लेकिन उस्ताद जी फर्ज करो फर्ज करो हो सकता मैं तुहानूं रखिया ही इस वजह तो वे कि मैनूं पता और यार तुहाडे अंदाजे ते पिछे आ जिहड़ा सेल वाली गल दा पता सी तुहानूं उहनां नूं पता अच्छा दसो जी मैनूं की नहीं पता अशरफ मलिक जिहड़ा मौत दे खूह वाला फरीद दा पता ओ यार छड्ड दे चुप कर गया मैं वेखा तुसीं पता अशरफ मलिक अच्छा तुसीं अशरफ दी ना ही कहिंदे ने तुसीं डायरेक्ट वी पक्का दस चुके अशरफ मौत दे खूह वाले दी गल कर रहे मैनू इस्माइल जिंदगी दी पहाड़ी वाले दा बात करनी है लेकिन माजरत नाल फरीद साबरी साहब हुण मैं इन्हां नूं बचाया एक मैनू मेल आई मैं तुहानूं दस दिंदा मेरा बड़ा वीर आ भरा उहने मैनूं कहा जी फरीद साबरी को 7,000 रुपया हमने भेजा है शैंपू और अचार के लिए फ्री सावरी वो पैसे खा गए हैं और हमारा फोन नहीं सुन रहे ओए हराम गल सुन ले 7,000 रुपया गल सुन ले मैं उन्होंने कहा सर आप ऐसा करें कि फ्री सावरी को जो आपने 7,000 भेजा है दुबई ओदी मैनू डिटेल भेज दियो मैं कहा जी डिटेल भेज दियो ते बस मैं तुहानू 7,000 भी देंगा और सारा कुछ मतलब अगो मैं पता मैं की करना लो जी उस तो बाद मैं मैसेज आया उन्हें क्या ओ से अपना इंडिया पंजाब दा सी मेरा वीर बहुत प्यारा उन्हें क्या जी मैं जिस दोस्त नूं क्योंकि जाहरी बात है मैनू नहीं पाकिस्तान दा पता था मैं एक पाकिस्तानी अपने दोस्त नूं क्या सी कि यार है कर दे उन्हूं जदों मैं क्या कि यार मैनू डिटेल भेज ते उन्हें अगों जो हरकत कीतियां मुकर्रिया अजम हो गया वो ते मैनू उसे टाइम समझ आ गई कि यह गेड़ा मेरे नाल कित्थे होया फिर उन्हें 26 मेला मैनू कीतियां सिर्फ माजरत दियां कि यार तुसी की सोचते होवोगे या तुसी फरीद दे बारे मैं कहा मैनू पता जो मर्जी हो जाए हो ही नहीं सकता मैं तुहानू क्यों कहा सी मैनू प्रूफ भेज दे मैनू पता है तू भेज नहीं सकना समझ आ रही लेकिन वो जिहड़ा मेरा वीर आ उन्हें कल राती भी फिर वो रोज पता नहीं विचार यार जिस बंदे नू जिहड़ा जिहदे अंदर जमीर जींदा हुंदा ना उहनूं नींद नहीं आउंदी कि यार मैं क्यों कह दित्ता मैनू भी नींद नहीं आती तेनों ते आउणी ही नहीं ਜਮੀਰ ਦੀ ਗੱਲ ਹੁੰਦੀ ਹਾਂ ਤੇ ਉਹ ਜਿੰਨੀ ਦੇਰ ਤੱਕ ਜਾਗਦਾ ਵਾ ਤੈਨੂੰ ਨਹੀਂ ਆਉਣੀ ਤੈਨੂੰ ਉਦੋਂ ਆਉਣੀ ਜਦੋਂ ਉਹ ਮਰ ਗਿਆ ਜਮੀਰ ਨਹੀਂ ਮੈਂ ਮਰਨ ਦਿੰਦਾ ਤੇ ਫਿਰ ਤੈਨੂੰ ਨਹੀਂ ਆਉਣੀ ਉਹਨੇ ਫਿਰ ਤੈਨੂੰ ਸੌਣ ਨਹੀਂ ਦੇਣਾ ਸਾਚੀ ਨਹੀਂ ਮੈਂ ਮੁਤਮਿਨ ਹਾਂ ਜ਼ਿੰਦਗੀ ਅੱਗੇ ਮੁਤਮਿਨ ਹਾਂ ਸ਼ੀਸ਼ੇ ਸਾਹਮਣੇ ਜਾਂਦਾ ਵਾ ਮੈਂ ਸੁਰ ਕਰੂੰਗਾ ਹਰ ਪਾਸੇ ਅਲੱਗ ਅਲੱਗ ਸ਼ਕੀਰ ਮਨੋ ਭਾਈ ਫੈਸਲੇ ਇੰਨਾ ਕਰਜ਼ਾ ਫੜਿਆ ਜ਼ਮੀਰ ਦਿਹਾੜੀਆਂ ਕਰਨ ਡਿਆ ਪੈਸੇ ਲਾਉਣ ਵਕਤ ਉਹ ਗੇਟਾਂ 'ਤੇ ਬੈਠਾ ਹੁੰਦਾ ਐਬੂ ਛੜਾ ਕੇ ਭਾਈ ਭਾਈ ਤੁਸੀਂ ਕੌਣ ਮੈਂ ਪੈਸਾ ਦਾ ਜ਼ਮੀਰ ਹੈ ਚੋਰੀਆਂ ਕਰਦਾ ਜ਼ਮੀਰ ਅੰਦਰ ਇਹਨੂੰ ਧੱਕੇ ਲਾਉਣ ਦੇ ਦੋਵੇਂ ਭਰਾ ਗਿਆ ਭਰਾ ਨਹੀਂ ਨਹੀਂ ਉਸਤਾਦ ਜੀ ਇਹ ਤੇ ਗੱਲ ਹੈ ਫੈਸਲ ਸਾਹਿਬ ਮੈਂ ਬਸ ਇਸ ਗੱਲ ਦੇ ਨਤੀਜੇ ਪਹੁੰਚਿਆ ਕਸਮ ਦਰਿਆ ਦਿਲ ਇਨਸਾਨ ਕੌਣ ਐਡਾ ਵੱਡਾ ਜਿਗਰਾ ਉਸਤਾਦ ਦਾ ਸਹੀ ਗੱਲ ਓਏ ਹਾਏ ਬਗੈਰ ਤੋਂ ਓਏ ਹੱਥ ਉੱਧਰ ਹੀ ਰੱਖ ਨਾ ਮੈਂ ਕੰਬਾਈਨ ਕਰ ਯਾਰ ਇੱਕ ਦਿਨ ਮੈਂ ਦੇਖਿਆ ਛੋਟੇ ਜਿਹੇ ਰੂਨ ਇਹਨੇ ਨੇ ਰੂਨ ਖਾ ਗਿਆ ਕਿਉਂ ਮੈਂ ਕੀ ਹੋਇਆ ਕਹਿੰਦਾ
अच्छा वैसे एदा जमीर ते अंदर कुल्ला डुल्ला फिरदा होणा मैं तां कह रहा की गल मैं तां कह रहा सीख पा के ना मेदे दी इक साइड ते उहदी कब्र भी पोट रिहा इक इत्थे मुल्ला दफनाउणा मिट्टी भी सुट्टन दिया हाजी उह तो मिट्टी भी खा रहा दब के जिहड़ा पिंडा वां जमीर कल्ला नहीं पूरा फैमिली नाल सैट होया वा जमीर अंदर क्यों नहीं कटन दिया वो भाई और लैलन दी कई सुट्टन दिया कहता कबर कटन दिया ਇਹਨੇ ਕਈ ਵਾਰੀ ਇਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਉਹ ਫਿਫਰੇ ਮਗਰ ਲੁਕ ਜਾਂਦਾ ਬਾਅਦ ਚ ਉਦੋਂ ਕਰਨ ਨੇ ਹੁੰਦਾ ਮੈਂ ਨਹੀਂ ਮਰਿਆ ਨਹੀਂ ਅੱਛਾ ਫਿਰ ਨੌ ਦਿਨਾਂ ਦਾ ਕੀ ਕਰਨਾ ਸਹੀ ਕੀ ਕਰਨਾ ਆਰਡਰ ਲਓ ਉਸਤਾਦ ਜੀ ਜਾਨ ਮੰਗੋ ਖੁਦਾ ਜਾਣਦਾ ਓ ਯਾਰ ਫੈਸਲਾ ਤੈਨੂੰ ਨਹੀਂ ਪਤਾ ਕੀ ਕਰਨਾ ਕੀ ਕਰਨਾ ਦੱਸੋ ਹੋਰ ਤੂੰ ਕਹਿ ਕੇ ਉਸਤਾਦ ਜੀ ਠੀਕ ਆ ਮੈਂ ਜਿੱਦਣ ਨਹੀਂ ਆਉਂਦਾ ਤੁਸੀਂ ਉਦੋਂ ਮੇਰੇ ਪੈਸੇ ਨਾ ਦਿਓ ਨਹੀਂ ਸਹੀ ਹੈ ਜੀ ਤੇਰੀ ਨਹੀਂ ਆ ਕਿਦਾਂ ਉਸਤਾਦ ਜੀ ਦੇਖੋ ਨਾ ਮੈਂ ਸੈਲਰੀ ਆਪਣੀ ਘਟਾਈ ਵੀ ਹੈ ਠੀਕ ਹੈ ਨਾ ਬੰਦਾ ਵਾ ਤੈਨੂੰ ਮੈਂ ਕਹਿਣ ਡਿਆ ਇਹੋ ਜਿਹੇ ਬੰਦੇ ਨਾ ਇਹੋ ਜਿਹੇ ਬੰਦੇ ਇੱਕ ਵਾਰੀ ਮਾੜੇ ਵਿਚਾਰੇ ਜਿਹੜੇ ਇੱਕ ਵਾਰੀ ਜ਼ਿੰਦਗੀ 'ਚ ਚਲੇ ਜਾਂਦੇ ਉਮਰਾਂ ਕਰਨ ਅਗਲੇ 75 ਸਾਲ ਉਹ ਸਿਰਫ ਇਹ ਦੁਆ ਕਰਦੇ ਰਹਿੰਦੇ ਯਾਰ ਲੈ ਇੱਕ ਵਾਰੀ ਫੇਰ ਲੈ ਇਹਨਾਂ ਨਹੀਂ ਜਾਣਾ ਹੁਣ ਸਹੀ ਗੱਲ ਇਨਸ਼ਾਅੱਲਾ ਸਤਾਈ ਜਾਵਾਂਗੇ ਮਿਲੀਅਨ ਤੇ ਭੇਜਣਾ ਨਹੀਂ ਸਾਨੂੰ ਹੈ ਮਿਲੀਅਨ ਸਬਸਕ੍ਰਾਈਬਰ ਉਸਤਾਦ ਜੀ ਮੈਂ 15 ਦਿਨਾਂ 'ਚ ਕਿਹਾ ਸੀ ਮਿਲੀਅਨ ਮੈਂ ਲਾਈਫ ਟਾਈਮ ਲੈਣੀ ਸੀ ਕਿਹਾ ਯਾਰ 2 ਮਹੀਨੇ 'ਚ ਕਿਹਾ ਸੀ ਉਸਤਾਦ ਜੀ ਚਲੋ 2 ਮਹੀਨੇ ਲਾ ਲਓ ਇਨਸ਼ਾਅੱਲਾ ਹੋ ਜਾਊਗਾ 21 ਦਿਨ ਤੋਂ ਉੱਥੇ ਲਾਇਆ 7 ਦਿਨ ਤੋਂ ਆਇਆ ਹੋਗੇ ਪਿੱਛੇ ਮਹੀਨਾ ਰਹਿ ਗਿਆ 5 ਲੱਖ ਤੇ ਉਸਤਾਦ ਜੀ ਨੇ ਕਿਹਾ ਸੀਗਾ ਕਿ ਯਾਰ ਮੈਂ ਸਾਰਿਆਂ ਨੂੰ ਲੈ ਕੇ ਜਾਊਂ 7 ਲੱਖ ਤੇ ਉਮਰੇ ਦਾ ਗਿਆ ਜੀ 10 ਲੱਖ ਤੇ ਸਾਰਿਆਂ ਨੂੰ ਗੱਡੀਆਂ ਦਾ ਗਿਆ ਸੀਗਾ ਉਸਤਾਦ ਜੀ ਮੈਨੂੰ ਪੈਸਾ ਬਿਲਕੁਲ ਜ਼ਰੂਰੀ ਨਹੀਂ 1 ਮਿਲੀਅਨ ਤੇ ਸੋਰੀ ਫੈਸਲ ਸਾਹਿਬ ਤੁਹਾਡੀ ਸਾਡੀ ਗੱਲ ਸੀ ਬੇਸਿਕਲੀ ਗੱਲ ਇਹ ਆ ਕਿ ਸਾਨੂੰ ਤੁਸੀਂ ਮਤਲਬ ਗੱਡੀ ਲੈ ਦਿਓ ਗੱਡੀ ਇੱਕ ਇੱਕ ਸਾਰਿਆਂ ਨੂੰ ਲੈ ਦਿਓ ਗੱਡੀ ਉਹ ਨਾ ਲੈ ਕੇ ਦਿਓ ਕਿ ਜਿਹੜੀ ਮਤਲਬ 32-30 ਲੱਖ ਦੀ 29 ਲੱਖ ਦੀ ਲੈ ਦਿਓ 28 ਦੀ ਲੈ ਦਿਓ ਨਹੀਂ ਯਾਰ ਫਰੀਦ ਭਾਈ ਬਹੁਤ ਖੂਬਸੂਰਤ ਜਦੋਂ ਤੁਸੀਂ 10 ਗੱਡੀਆਂ ਲੈਣੀਆਂ ਨੇ ਨਾ ਉਹ ਫਿਰ ਦਲਾਲ ਜਿਹੜੇ ਹੁੰਦੇ ਉਹ ਫੇਵਰ ਕਰਦੇ ਨੇ ਠੀਕ ਹੈ ਨਾ ਤੁਸੀਂ ਕੋਸ਼ਿਸ਼ ਕਰੋ ਗੱਡੀ ਕੋਈ ਸੋਹਣੀ ਮੈਨੂੰ ਸੋਹਣੀ ਜੀ ਗੱਡੀ ਲੈ ਕੇ ਦਿਓ ਸਾਹੀ ਬਣਦਾ ਚਲੋ ਅੱਲਾ ਖੈਰ ਕਰੇ ਠੀਕ ਗੱਡੀ ਮੈਨੂੰ ਕੈਸੀ ਲੈ ਕੇ ਦੇਣੀ ਸਾਹਿਬ ਜੀ ਲੰਬੀ ਗੱਡੀ ਹੋਵੇ ਖੂਬਸੂਰਤ ਹੋਵੇ ਦੂਰੋਂ ਖਲੋਤੀ ਸਹੀ ਲੱਗੇ ਠੀਕ ਹੈ ਨਾ ਤੂੰ ਤਾਂ ਚੁੱਪ ਕਰ ਜਿਹੜੀ ਗੱਲ ਸ਼ੁਰੂ ਕੀਤੀ ਸੀ ਉਹ ਤਾਂ ਸੁਣ ਲੈ ਅੱਛਾ ਯਾਰ ਉਹ ਤੂੰ ਬਾਅਦ ਚ ਮੈਨੂੰ ਡਿਸਕਸ ਕਰ ਲਈ ਮੈਂ ਗੱਲ ਕਰਦਾ ਤੁਸੀਂ ਨਜ਼ਰ ਬੰਦ ਹੋ ਜਾਣਾ ਮੈਂ ਨਜ਼ਰ ਹੀ ਨੀ ਆਉਣਾ ਤੁਹਾਨੂੰ ਇੱਕ ਦਵਾਈ ਮੈਨੂੰ ਬਸ ਸਿਰਫ ਇੱਕ ਕੰਮ ਆ ਥੱਲੇ ਨੰਬਰ ਲਿਖਿਆ ਹੋਇਆ ਇਸ ਬਿਲਡਿੰਗ ਦਾ ਮਾਲਕ ਦਾ ਤੂੰ ਮੈਨੂੰ ਫੋਨ ਕਰਿਆ ਕੋਈ ਫੋਨ ਬੰਦ ਹੋਣ
तो जिन्होंने भी फोन करो कहन भाई सानू आप नहीं पता कितने गए। अच्छा उस्ताद जी मैं कोई खानदानी मेरे को प्यो दादा इस फील्ड च नहीं सी, मैं कोई किसी कॉमेडियन का बच्चा नहीं, ना मैं मेरे चाचे ताए इदा सी, ना कोई गलबात सी, मैं एक शौकिया बंदा सा, शौकिया मैं अपनी शौक पूरा किया, अल्लाह ने इज्जत दिती ते बस अल्लाह खैर सलाह, ना अगों किसी ने मेरी नस्ल दे विच आउणा इस काम च, ए भी कैसी गल मतलब तुसी ते है वो, मैं मैं गंदी नस्ल की गल नहीं कर रहा, मैं साफ नस्ल की गल कर रहा। मेरी नहीं गल हुई। अच्छा लेकिन साहब जी इदा तो सारी दुनिया के कॉमेडियन कोई भी नहीं पिछो भी सारे कॉमेडियन नहीं, नहीं अपना अपना उन्होंने जेन है, बड़े बड़े लोग छड़ के चले गए नहीं छड़े ना, अज तुहानू फॉर्मेट एक ऐसा सूटेबल जिहड़ा वड्डा सैट लग जाए तुसी छड्डोगे, छे महीने की तुसी छे साल नहीं छड़ना, छे सदियां तुहाडा इह रच गया है, ऐथों तुसी बाहर इन्हां लोगां दे नाल रिश्ता ऐसा बन गया, ये ताल्लुक है निभाने के लिए है और जिस्त की कबर की दीवारों तक ये जाजा निसार। अच्छा तो मैं कदों गया भी मैं इन्हां नू के इदां कर देना ते उदां कर देना, मैं ये गल कदों कीती? नहीं 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 सियाने कहते भरिया मेला छड़ जाना चाहिए। आए हाए हाए देखो साजी अगर मेला भरदा रहे फिर नहीं नहीं बस ठीक वो यार थोड़ा वा एक जिंदगी वास्ते इतना प्यार आए यार पेड़ों की उदासी नहीं देखी जाती, यार पेड़ों की उदासी नहीं देखी जाती, मुझसे मत मिलना मगर गांव तो आते रहना। हाँ मेरी गल सुन, अगर मेनू पैसे का रौला हो ना या इस कारोबार नू मैं पैसे वास्ते चा किन्ने चैनल ने पांच हूं तो चार ते पंजवां भी हुंदे आ गया डबिंग मास्टर सजाद वाला। हाँ अल्लाह दी रहमत नाल पांच चैनल ने माशाल्लाह, मैं सिर्फ असी टी टाइम कर रहे हैं या मुशायरा कर रहे हैं, सजाद जानी टीम किन्ने महीने हो गए किन्ना का भी मैं आवां ते मैं बाहर तुहानू कहां कि चलो आओ यार उहदे हाले भी कर सकते जे कुछ हो भी जी नहीं कर रहे हैं कि जाओ यार। अच्छा मैं तुहानू कहां यार इदां करो तुसीं बाहर ना कोई ओ फलाना कर, अगर बिजनेस पॉइंट ऑफ व्यू वेखा ना ते उस्ताद जी मैं ते हर चैनल ते मतलब हफ्ते दे कम से कम 200 पाई जावां ते इहदे नाल डबल कमाई हो जावे, समझ आ रही गल दी? ते ओ उस्ताद जी मैनूं मजा नहीं आया, सही दसां मैं तुहानूं सही दसां इस फील्ड च ना इहनां दी गल नहीं करनी, इहनां नूं ना लै विच, ये ते मैं अगे भी कई बार कह चुकिया कि इहनां दी की अहमियत आ, इस अपने अपने हल्के हिसाब च ना मैनूं मजा नहीं आया साजी। मैं इत्थे पता की गल आ, मेरी गल सुन, हुण मैं अगर इस पासे आ जावां ना कि मैं चैलेंज करन च ते मेरी बट ते भट्टी फिल्म, उस तों बाद मेरे हज़ारां क्लिप्स ने उस तों बाद, लेकिन वह मैं ना इहदे विच ना टी टाइम च गया चुके एक जुगतबाज ते वह फलाना ते वह इस दायरे च आ गया, जबकि इस तों पहले जिहड़ा मैं काम करदा सी ना वह कला मैं ही करता सा, और अज तक मैं जिथे छड़िया ना फरीद साहब वो उथे ही रुकिया जे, मेरे डबिंग वाला जिहड़ा काम सी जिथे मैं उन्हूं छड़ के ते इस पासे आया ना उथे ही रुकिया, अगे नहीं तुरिया किसे कोल, ठीक है जी। आ मैं हुण रोड शो शुरू किया सी ना, रोड शो किन्ने बंदे ने किया शुरू, कोई करन दे किन्नियां ने किया, कुड़ियां मुंडे कौन कौन, कोई फलॉप हो गए कोई हाले तक करी जा रहे ने छोटा वड्डा किया ना, ਉਹ ਮੈਂ ਜਿੱਥੇ ਛੱਡਿਆ ਸੀ ਉੱਥੇ ਹੀ ਆ, ਉੱਥੇ ਹੀ ਆ ਇਸ ਤਰ੍ਹਾਂ ਹੀ, ਔਰ ਉਹਦੇ 'ਚ ਐਸਾ ਐਸਾ ਕੰਮ ਹੋਇਆ ਕਿ ਜਿਹੜਾ ਬਹੁਤ ਘੱਟ ਲੋਕਾਂ ਨੂੰ ਉਹਦੀ ਸਮਝ ਆ ਗਈ, ਯਾਰ ਇਹ ਕੀ ਕੰਮ ਆ, ਇਹ ਕਿਸ ਤਰ੍ਹਾਂ ਹੋ ਸਕਦਾ, ਚਾਚਾ ਬੂਟਾ ਲਾ ਲਾ, ਛੋਟੇ ਛੋਟੇ ਕਲਿਪਸ ਲਾ ਲਾ, ਪੂਰੀ ਪੂਰੀ ਮੂਵੀਜ਼ ਲਾ ਲਾ, ਇੱਕ ਮਿਸਾਲ ਆ, ਠੀਕ ਆ ਨਾ। ਲੇਕਿਨ ਉਸਤਾਦ ਜੀ ਗੱਲ ਇਹ ਹੈ ਕਿ ਜਿਹੜਾ ਆਪਣਾ ਹਲਕਾ ਅਹਿਬਾਬ ਹੁੰਦਾ ਆਪਣਾ, ਹਾਂ ਇਹਨਾਂ ਤੋਂ ਇਲਾਵਾ, ਸਮਝ ਆ ਰਹੀ ਨਾ, ਇਹ ਉਹ ਉਹਨਾਂ 'ਚ ਮੈਨੂੰ ਮਜ਼ਾ ਨਹੀਂ ਆਇਆ, ਸਹੀ ਸਿੱਧੀ ਗੱਲ। अपनी पूरी पूरी जिंदगी ना दूसरे बंदे नू अपने म्यार तक लियाउण दे चक्कर दे विच ना असी गुजार दिंदे, तैनू मेरी गल समझ क्यों नहीं आ रही, तू इदां क्यों नहीं करदा, तू इदा सब मैनू बेवकूफ नूं नहीं पता लगता कि मेरी बिल्ट इन अकल अपनी है, इहदी अपनी है, मैं इहनूं अपने मुकाबले ते कदी भी नहीं लिया सकदा। साडी साडे पूरी पूरी जिंदगी असीं इस चक्कर च समझाउण च कढ दिंदे आ कि नहीं ये आवे, मैं जिथे मेरी सोच ना उत्थे ये आवे उत्थे,
ਜਦਕਿ ਸਿਰਫ ਇੰਨੀ ਕੁ ਗੱਲ ਆ ਕਿ ਮੈਂ ਇਹ ਸਮਝ ਲਵਾਂ ਕਿ ਯਾਰ ਇਹਨੇ ਇੱਥੇ ਨਹੀਂ ਆਉਣਾ, ਮੈਂ ਇਹਨੂੰ ਮੈਨੇਜ ਕਿੱਦਾਂ ਕਰਨਾ, ਇਹਨੇ ਇੱਦਾਂ ਹੀ ਰਹਿਣਾ, ਮੈਂ ਇਹਨੂੰ ਮੈਨੇਜ ਕਿੱਦਾਂ ਕਰਨਾ। ਤੁਹਾਡੀ ਉਹਦੇ 'ਚ ਤੁਸੀਂ ਡਿਪਰੈਸ਼ਨ 'ਚ ਚਲੇ ਜਾਂਦੇ ਹੋ, ਐਨਜ਼ਾਇਟੀ 'ਚ, ਇਸ ਚੱਕਰ 'ਚ ਕਿ ਇਹ ਕਿੱਦਾਂ ਨਹੀਂ, ਮਤਲਬ ਇਹ ਮੇਰੇ ਲੈਵਲ 'ਤੇ ਕਿਉਂ ਨਹੀਂ ਆ ਰਿਹਾ। ਅਗਰ ਘਰ ਦੇ ਵਿੱਚ ਇੱਕ ਬੰਦਾ ਵਾ, ਉਹਦੀ ਬੁੱਢੀ ਉਹਨੂੰ ਉਹਦੇ ਨਾਲ ਘੱਟ ਅਕਲ ਵਾਲੀ ਮਿਲ ਗਈ, ਮੋਟੇ ਦਿਮਾਗ ਵਾਲੀ ਮਿਲ ਗਈ, ਉਹਨੇ ਸਾਰੀ ਜ਼ਿੰਦਗੀ ਇਸੇ ਚੱਕਰ 'ਚ ਲੱਗੇ ਰਹਿਣਾ ਕਿ ਇਹਨੂੰ ਮੈਂ ਸਮਝਾਈ ਜਾਵਾਂ ਅਤੇ ਇਹ ਮੇਰੇ ਲੈਵਲ 'ਤੇ ਆਵੇ, ਉਹਨੇ ਕਦੀ ਵੀ ਨਹੀਂ ਆਉਣਾ। ਸਾਡੀ ਇਹ ਬੜੀ ਪ੍ਰੋਬਲਮ ਆ। ਲਿਹਾਜ਼ਾ ਮੈਂ ਇਸ ਫੀਲਡ 'ਚ ਆਇਆ, ਉਹਨਾਂ ਦੀ ਇਹਨਾਂ ਦੀ ਆਪਣੀ ਇੱਕ ਰੂਹਦਾਰੀ, ਆਪਣਾ ਇੱਕ ਨਿਜ਼ਾਮ ਸੀ। ਹੁਣ ਮੈਂ ਇਕੱਲਾ ਕਹਾਂ ਕਿ ਗਿੱਲੇ ਵਾਲੀ ਗੱਲ ਤੋਂ ਜਿਹੜੀ ਤੂੰ ਕੀਤੀ ਕਿ ਮੈਂ ਕਹਾਂ ਮੈਨੂੰ ਗਿਲਾ ਵਾ ਇਹ ਮੇਰੇ ਲੈਵਲ 'ਤੇ ਕਿਉਂ ਨਹੀਂ ਆਏ, ਸਮਝ ਰਿਹਾ ਨਾ, ਅਤੇ ਉਹ ਗਿਲਾ ਨਹੀਂ ਹੈਗਾ, ਇਹ ਇੱਦਾਂ ਦੀ ਆ, ਮੈਂ ਇਹਦੇ ਵਿੱਚ ਫਿੱਟ ਨਹੀਂ ਹੋ ਸਕਿਆ, ਬਸ ਇਸ ਫੀਲਡ ਦੇ ਮੈਂ ਨਹੀਂ ਫਿੱਟ ਹੋ ਸਕਿਆ। ਹਾਂ ਬਸ ਗੱਲ ਕਰ ਦੇਣਾ ਕਿ ਅਸੀਂ ਹੁਣ ਟੀਮ ਦੇ ਬੰਦੇ, ਤੁਸੀਂ ਇਹ ਵੀ ਕਹਿ ਰਹੇ ਹੋ ਨਾ ਕਿ ਇਹ ਇਸ ਅਸੀਂ ਨਹੀਂ, ਸਾਡੀ ਗੱਲ ਨਹੀਂ ਹੋ ਰਹੀ। ਨਹੀਂ 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 ਨਹੀਂ, ਮੈਂ ਓਵਰਆਲ ਇੱਕ ਇੱਕ ਦੇਖੋ ਸਿਸਟਮ ਦੀ ਗੱਲ ਕਰ, ਸਿਸਟਮ ਦੀ ਗੱਲ ਕਰ ਰਿਹਾ ਕਿ ਸਿਸਟਮ ਜਿਹੜਾ ਨਾ ਉਹਦੇ 'ਚ ਕੋਈ ਐਸਾ ਇੱਥੇ ਅਦਾਰਾ ਨਹੀਂ ਹੈਗਾ, ਕੋਈ ਐਸੀ ਗੱਲਬਾਤ ਨਹੀਂ ਹੈਗੀ ਕਿ ਹਰ ਬੰਦੇ ਦਾ ਕੰਮ ਦੇਖੋ, ਹਰ ਬੰਦੇ ਨੂੰ ਉਸ ਹਿਸਾਬ ਦੇ ਨਾਲ ਉਨੀ ਉਹਦੀ ਉਨੀ ਉਹਦਾ ਮਿਆਰ ਹੋਣਾ ਚਾਹੀਦਾ, ਸਮਝ ਆ ਰਹੀ ਨਾ। ਮਤਲਬ ਲਾਈਕ ਇੱਕ ਬੰਦੇ ਨੂੰ ਦੇਖ ਲਓ, ਉਹਨੇ 20 ਸਾਲ ਥੀਏਟਰ ਕੀਤਾ, ਥੀਏਟਰ ਦੇ ਵਿੱਚ ਉਹਨੇ ਮਤਲਬ ਜੋ ਜਾਣਦੀ ਮਾਂ ਭੈਣ ਵਾਧਾ ਘਾਟਾ, ਉਹਨੇ ਗੰਦੀ ਤੋਂ ਇਲਾਵਾ ਗੱਲ ਹੀ ਕੋਈ ਨਹੀਂ ਕੀਤੀ, ਉਹ ਮਸ਼ਹੂਰ ਹੀ ਗੰਦੀਆਂ ਗੱਲਾਂ 'ਚ, ਇਸ ਤੋਂ ਇਲਾਵਾ ਉਹਦਾ ਕੋਈ ਕ੍ਰੈਡਿਟ ਨਹੀਂ ਹੈਗਾ। ਜਾਂ ਉਹ ਟੀ ਵੀ ਸ਼ੋਆਂ 'ਚ ਹੁਣ ਅੱਜ ਕੱਲ੍ਹ ਬਹਿਣ ਲੱਗ ਪਿਆ, ਕੋਈ ਵੀ, ਪਲੀਜ਼ ਇਹ ਨਾ ਸਮਝਣਾ ਕਿ ਮੈਂ ਕਿਸੇ ਇੱਕ ਨੂੰ ਕਹਿ ਰਿਹਾ, ਮੈਂ ਇੱਕ ਮਿਸਾਲ ਦੇ ਰਿਹਾ। ਅਤੇ ਉਹਦੇ ਪੁੱਛ ਲਓ ਜੀ ਜ਼ਿੰਦਗੀ 'ਚ ਕ੍ਰੈਡਿਟ, ਸਿਰਫ ਜੀ ਥੀਏਟਰ, ਅਤੇ ਥੀਏਟਰ 'ਤੇ ਮਾਂ ਭੈਣ, ਇਹ ਕ੍ਰੈਡਿਟ ਆ। ਉਹਦੇ ਅਗੇਂਸਟ ਇੱਕ ਬੰਦਾ ਜਿਹਨੇ ਨਵੇਂ ਨਵੇਂ ਐਕਸਪੈਰੀਮੈਂਟ ਕੀਤੇ ਨੇ, ਮੁਖਤਲਿਫ ਕਿਸਮ ਦੇ ਕੀਤੇ ਨੇ, ਨਵੇਂ ਨਵੇਂ, ਠੀਕ ਆ, ਔਰ ਨਵੀਆਂ ਗੱਲਾਂ ਕੀਤੀਆਂ ਨੇ, ਔਰ ਉਹਦੇ 'ਚ ਕੌਮੇਡੀ ਦਾ ਰਖਤ ਚੇਂਜ ਕੀਤਾ। ਉਹ ਦੋਵੇਂ ਬਰਾਬਰ ਨੇ, ਬਲਕਿ ਉਹ ਦਿਲ ਕਰੇ ਉਹਦੀ ਵਰਥ ਵੈਲਿਊ ਜ਼ਿਆਦਾ ਹੋਵੇ ਦੂਜੇ ਦੀ, ਸਮਝ ਆ ਰਹੀ ਗੱਲ ਦੀ। ਫਿਰ ਗੱਲ ਕਰਨ ਲੱਗਿਆਂ ਕਿ ਉਹ ਇਹ ਨਹੀਂ ਦੇਖ ਰਹੇ ਯਾਰ ਬੰਦੇ ਦੇ ਕ੍ਰੈਡਿਟ 'ਚ ਕੀ ਹੈ ਪਿੱਛੇ, ਇਹਨੇ ਕੀ ਨਵਾਂ ਕੀਤਾ, ਅਸੀਂ ਤਾਂ ਕੱਖ ਵੀ ਨਵਾਂ ਨਹੀਂ ਕੀਤਾ, ਅਸੀਂ ਤਾਂ ਇੱਕ ਚੀਜ਼ ਵੀ ਐਸੀ ਨਹੀਂ ਕੀਤੀ ਜਿਹੜੀ ਪਹਿਲੇ ਦੁਨੀਆਂ 'ਤੇ ਨਾ ਹੋ ਅਤੇ ਅਸੀਂ ਕਰਤੀ ਹੋਵੇ ਆ ਕਿਸ ਤੋਂ। ਅਤੇ ਉਹਨੇ ਕਿੰਨਾ ਕੁਛ ਐਸਾ ਕਰ ਦਿੱਤਾ, ਯਾਨੀ ਟੱਕਰਾਂ 'ਤੇ ਮਾਰਦਾ ਨਾ ਉੱਧਰ ਨੂੰ, ਉਹਨੇ ਨਵੀਆਂ ਨਵੀਆਂ ਚੀਜ਼ਾਂ ਦਿੱਤੀਆਂ, ਉਹ ਨਵੇਂ ਨਵੇਂ ਐਕਸਪੈਰੀਮੈਂਟ ਉਹਨੇ ਕੀਤੇ, ਠੀਕ ਹੈ ਜੀ, ਇੱਕ ਮਿਸਾਲ ਆ। ਅਤੇ ਉਹਦੇ ਵਿੱਚ ਫਿਰ ਉਹਨੇ ਮਤਲਬ ਅਗਰ ਕੋਈ ਮੁਖਤਲਿਫ ਕਿਸਮ ਦੀਆਂ ਕਾਲਾਂ, ਡਬਿੰਗ, ਵੀਡੀਓ, ਸਕ੍ਰਿਪਟ, ਕੌਮੇਡੀ, ਰੋਡ ਸ਼ੋ, ਠੀਕ ਹੈ ਜੀ, ਯਾਨੀ ਕਿ ਅਲੱਗ ਅਲੱਗ ਕੈਟਾਗਰੀ ਆ, ਉਸਦੇ ਵਿੱਚ ਕੋਈ ਵੀ ਕੈਟਾਗਰੀ ਤੁਸੀਂ ਚੁੱਕ ਲਓ, ਉਹਨੇ ਪੂਰੇ ਉਹਨੂੰ ਮਿਆਰ ਦਾ ਖਿਆਲ ਰੱਖਣ ਦੀ ਕੋਸ਼ਿਸ਼ ਕੀਤੀ ਕਿ ਯਾਰ ਮੈਂ ਮਿਆਰੀ ਚੀਜ਼ ਦੇਣੀ ਹੈ, ਸਮਝ ਆ ਰਹੀ ਗੱਲ ਦੀ। ਹੁਣ ਇੱਕ ਐਸੇ ਮੌਕੇ 'ਤੇ ਆ ਕੇ ਇੱਥੇ ਕੋਈ ਇੰਤਜ਼ਾਮੀਆ, ਕੋਈ ਉਹ ਅਦਾਰਾ ਐਸਾ ਨਹੀਂ ਹੈਗਾ ਕਿ ਜਿਹੜਾ ਸਾਡੇ 'ਤੇ ਨੰਬਰਿੰਗ ਲਾ ਦੇਵੇ, ਯਾਰ ਇਸ ਬੰਦੇ ਦਾ ਇਹ ਲੈਵਲ ਆ ਇਸ ਫੀਲਡ 'ਚ, ਇਹ 100 'ਚੋਂ ਇਹ ਬੰਦਾ 70% 'ਤੇ ਖੜਾ, ਇਹ 30% 'ਤੇ ਖੜਾ, ਇਹ 20 'ਤੇ ਆ, ਇਹ 100 'ਤੇ ਆ, ਇਹ 90 'ਤੇ ਆ, ਜਾਂ ਇੱਕ ਲਾਈਕ ਮਤਲਬ ਕਿ ਕੈਟਾਗਰੀ ਹੋਏ, ਨਹੀਂ ਖੋਤਾ ਕੋੜਾ ਸਾਹਿਬ ਇੱਕੋ ਹੀ ਨਹੀਂ, ਤੂੰ ਦੁਨੀਆਂ 'ਚ ਕੋਈ ਐਸਾ ਪਾਕਿਸਤਾਨ 'ਚ ਰਹਿ ਕੇ ਕੋਈ ਐਸਾ ਕੰਮ ਕੀਤਾ ਜਿਹੜਾ ਕਿਸੇ ਨੇ ਕੀਤਾ ਹੀ ਨਹੀਂ, ਤੂੰ ਵੀ ਉੱਦਾਂ ਦਾ ਹੀ ਆ। ਮੈਂ ਸਾਰੀ ਜ਼ਿੰਦਗੀ ਥੀਏਟਰ 'ਤੇ ਤੇਰੀ ਮਾਂ ਭੈਣ ਤੋਂ ਇਲਾਵਾ ਗੱਲ ਨਹੀਂ ਕੀਤੀ, ਮੇਰੀ ਇੱਜ਼ਤ ਤਿਲਕ ਰਹੇ, ਇੱਜ਼ਤ ਕਹਿ ਰਿਹਾ ਸ਼ੋਹਰਤ ਤੇਰੇ ਨਾਲੋਂ ਜ਼ਿਆਦਾ ਹੋਵੇ, ਸਮਝ ਆ ਰਹੀ ਗੱਲ ਦੀ। ਅਤੇ ਉਹ ਆਖਰੀ ਗੱਲ ਆ, ਜਦੋਂ ਮੈਂ ਇੱਦਾਂ ਦੀਆਂ ਗੱਲਾਂ ਕਰਦਾ ਨਾ, ਫਿਰ ਬਹੁਤ ਸਾਰੇ ਲੋਕ ਜਿਹੜੇ ਨੇ ਨਾ, ਉਹ ਘਰ ਬੈਠੇ ਆਪਣੇ ਆਪ 'ਚੋਂ ਅੱਛਾ ਹੁਣ ਇਹ ਗੱਲਾਂ ਕਰ ਰਿਹਾ, ਆਪਣੇ ਆਪ ਨੂੰ ਇੱਦਾਂ ਕਰ ਰਿਹਾ, ਆਪਣੇ ਆਪ ਨੂੰ, ਐਸੀ ਕੋਈ ਗੱਲ ਨਹੀਂ, ਮੇਰਾ ਨਾ ਮੇਰੀ ਇਹ ਫੀਲਡ ਆ, ਨਾ ਮੇਰਾ ਕਿਸੇ ਨਾਲ ਮੁਕਾਬਲਾ ਵਾ, ਨਾ ਮੈਂ ਕਿਸੇ ਨੂੰ ਹਰਾਉਣਾ, ਨਾ ਮੈਂ ਕਿਸੇ ਨੂੰ ਜਿਤਾਉਣਾ, ਮੈਂ ਆਪਣਾ ਕੰਮ ਕਰੀ ਜਾ ਰਿਹਾ। ਲੇਕਿਨ ਹੁਣ ਸੂਰਤ ਹਾਲ ਇੱਦਾਂ ਦੀ ਹੋ ਗਈ ਹੈ ਕਿ ਉਹ ਨਾ ਬਹੁਤ ਸਾਰੇ ਪ੍ਰੋਪੋ, ਮਤਲਬ ਮੈਨੂੰ ਇਹ ਨਹੀਂ ਸਮਝ ਲੱਗਦੀ ਕਿ ਇਸ ਬੰਦੇ ਦੇ ਪਿੱਛੇ ਤਾਣੇ ਬਾਣੇ ਕਿੱਥੇ ਰਲਦੇ ਪਏ ਨੇ। ਯਾਰ ਬੰਦੇ ਨੇ, ਮੈਂ ਨਾ ਕਦੀ ਗੱਲ ਹੀ ਨਹੀਂ ਕੀਤੀ, ਮੇਰਾ ਤਾਂ ਰੌਲਾ ਹੀ ਕੋਈ ਨਹੀਂ, ਮੈਨੂੰ ਇਹ 20 ਵਾਰੀ ਮਿਲਿਆ, ਇਹਨੇ ਇੱਡੀ ਮਾੜੀ ਮੇਰੇ ਲਈ ਗੱਲ ਕਿੱਦਾਂ ਕਰਦੀ? ਫਿਰ ਮੈਨੂੰ ਲੱਗਦਾ ਕਿ ਇਹਦੇ ਪਿੱਛੇ ਕੋਈ ਤਾਣੇ ਬਾਣੇ ਹੋਰ ਰਲ ਰਹੇ ਨੇ, ਕੋਈ ਚੱਕਰ ਹੋਰ ਹੋਣਗੇ ਉਹ ਇੱਦਾਂ ਦੇ। ਅਤੇ ਮੈਂ ਮਤਲਬ ਮੈਨੂੰ ਕੀ ਤਕਲੀਫ ਆ ਕਿ ਮੈਂ ਐਵੇਂ ਲੱਗਾ ਰਵਾਂ, ਖਿੱਚੀ ਜਾਵਾਂ ਦੇ ਐਵੇਂ ਮੈਂ ਪੰਗੇ ਪਏ। ਇੱਕ ਵੈਸੇ ਸਵਾਲ ਆ ਕਿ ਇਹ ਤੁਹਾਨੂੰ ਨਹੀਂ ਲੱਗਦਾ ਕਿ ਕੁਛ ਐਸਾ ਵੀ ਹੈ ਕਿ ਜਿੱਥੇ ਜੋ ਕੁਛ ਤੁਸੀਂ ਕਰਕੇ ਟੰਗ ਗਏ ਹੋ ਇੱਕ ਨਿਜ਼ਾਮ, ਉਹ ਲੋਕਾਂ ਨੂੰ ਕਿਤੇ ਨਾ ਕਿਤੇ ਐਸੇ ਲੋਕਾਂ ਨੂੰ ਜਿਹੜੇ ਤਕਲੀਫ ਦੇ ਹੁੰਦਾ ਉਹਨਾਂ ਲਈ, ਜਿਵੇਂ ਕੋਈ ਸ਼ੇਰ ਹੈਗਾ ਨਾ ਕਿ ਮੇਰੇ ਫਨ ਕੋ ਵੋ ਬੁਲੰਦੀ ਦੇ ਮੌਲਾ, ਮੇਰਾ ਦੁਸ਼ਮਣ ਮੇਰੇ ਮਰਨੇ ਕੀ ਖਬਰ ਕੋ ਤਰਸੇ,
ਤੁਹਾਡੇ ਨਾਲ ਇਹ ਵੀ ਮਾਮਲਾ ਹੈ ਹੋ ਸਕਦਾ ਵਾ ਕਿ ਲੋਕ ਤੁਹਾਡੇ ਤੋਂ ਇਸ ਲਈ ਜੈਲਸ ਹੋ ਕੇ ਵੀ ਕਹਿ ਲੈਣ ਤੇ ਤੁਸੀਂ ਦਿਲ ਬਰਦਾਸ਼ਤ ਹੋ ਕੇ ਇਹਨਾਂ ਲੋਕਾਂ ਦਾ ਦਿਲ ਨਹੀਂ 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 ਇਹਨਾਂ ਨੂੰ ਤੇ ਯਾਰ ਇਹਨਾਂ ਦੀ ਤੇ ਤੂੰ ਗੱਲ ਹੀ ਨਾ ਕਰ ਇਹ ਤੇ ਮੇਰੇ ਵੱਲ ਆ ਗਏ ਨੇ ਇਹ ਮੇਰੇ ਹੋ ਗਏ ਨੇ ਇਹ ਇੰਜ ਹੋ ਗਿਆ ਹੁਣ ਮੈਂ ਅਗਰ ਕੋਈ ਗੱਲ ਕਰ ਰਿਹਾ ਨਾ ਤੂੰ ਉਹ ਅਸੀਂ ਇੰਜ ਆ ਇਹਨਾਂ ਤੋਂ ਬਾਹਰ ਦੀ ਮੈਂ ਗੱਲ ਕਰ ਰਿਹਾ ਇਹਨਾਂ ਦੀ ਵਿੱਚ ਨਹੀਂ ਇਹਨਾਂ ਦਾ ਤੇ ਮੈਂ ਕਿਹਾ ਉਹਨਾਂ ਦੀ ਵਜ੍ਹਾ ਤੋਂ ਉਹਨਾਂ ਨੇ ਜੋ ਕੁਛ ਉਹਨਾਂ ਨੇ ਇਸ ਲਈ ਕਿਹਾ ਵੀ ਇਹਨੂੰ ਭਾਈ ਨੂੰ ਹਰਟ ਕਰੀਏ ਕਿ ਅਸੀਂ ਜਨਾਬ ਕਿਸੇ ਨਾ ਕਿਸੇ ਤਰੀਕੇ ਨਾਲ ਦਬਾਈਏ ਜੇ ਵੀ ਹੋ ਸਕਦਾ ਉਹਨਾਂ ਦਾ ਮਿਸ਼ਨ ਤੇ ਮੈਂ ਨਾ ਜਿਹੜੇ ਮੇਰੀ ਗੱਲ ਸੁਣਾ ਹਟ ਕਰਨਾ ਮੈਨੂੰ ਕਾਹਤੋਂ ਹਟ ਕਰਨਾ ਜਾਂ ਮੈਂ ਰਹਿਣਾ ਹੀ ਕਿਉਂ ਉਸ ਜਗ੍ਹਾ ਤੇ ਜਿੱਥੇ ਮੈਂ ਹਟੋ ਹਾਂ ਮੈਨੂੰ ਕੀ ਤਕਲੀਫ ਐਡੀ ਅੱਛਾ ਮੇਰੇ ਕਿਹੜਾ ਐਡਾ ਖਾਨਦਾਨ ਦਾ ਮੇਰੇ ਪਿਓ ਦਾ ਨਾਂ ਕੋਈ ਫਲਾਣਾ ਖਾਨ ਸਾਹਿਬ ਕਾਮੇਡੀਅਨ ਸੀ ਜਿਹਨੂੰ ਲੀਕ ਲੱਗ ਜਾਣੀ ਮੈਂ ਉਸ ਦਾਇਰੇ 'ਚ ਹਟ ਗਿਆ ਦੱਸੋ ਨਾ ਸਮਝ ਨਹੀਂ ਆ ਰਹੀ ਕਿ ਮੈਂ ਉੱਥੇ ਖਲੋਵਾਂ ਹੀ ਕਿਉਂ ਕਿ ਵੀ ਜਿੱਥੇ ਮੈਂ ਹਟੋ ਹਾਂ ਉਸਤਾਦ ਜੀ ਜਾਂ ਮੈਂ ਮਤਲਬ ਉਹ ਐਵੇਂ ਉਹਨਾਂ ਦੀ ਇੰਨੀ ਔਕਾਤ ਮੈਂ ਸਮਝੀ ਜਾਵਾਂਗੇ ਯਾਰ ਮੈਨੂੰ ਹਟ ਕਰੀ ਯਾਰ ਜਾਂ ਮੈਂ ਕੋਈ ਕਸਮ ਖਾਧੀ ਵੀ ਮੈਂ ਇਸ ਫੀਲਡ ਦੇ ਵਿੱਚ ਸਾਰੀ ਜ਼ਿੰਦਗੀ ਇੱਥੇ ਹੀ ਮੈਂ ਮਰਨਾ ਵਾਂ ਫੈਸਲ ਸਾਹਿਬ ਦੀ ਗੱਲ ਇੱਕ ਮੈਨੂੰ ਸ਼ੌਕ ਸੀ ਮੈਂ ਪੂਰਾ ਕੀਤਾ ਮੈਨੂੰ ਬੜਾ ਰੋਕਿਆ ਘਰਦਿਆਂ ਨੇ ਹਾਲੇ ਤੱਕ ਉਹ ਰੋਕਦੇ ਨੇ ਉਹਨਾਂ ਨੇ ਰੋਕਿਆ ਮੈਂ ਆਪਣਾ ਸ਼ੌਕ ਪੂਰਾ ਕੀਤਾ ਇੱਥੇ ਤੱਕ ਆ ਗਿਆ ਅੱਗੋਂ ਲਾ ਲਾ ਮਤਲਬ ਮੈਨੂੰ ਇਹ ਕੋਈ ਭਾਰ ਨਹੀਂ ਗਾ ਕਿ ਵੀ ਮੈਂ ਇਹਨੂੰ ਛੱਡ ਦਿਆਂ ਤੇ ਮੇਰੀ ਜ਼ਿੰਦਗੀ 'ਚ ਸਿਹਤ 'ਚ ਇੱਕ ਰੱਤੀ ਬਰਾਬਰ ਵੀ ਕੋਈ ਫਰਕ ਆਏਗਾ ਮੇਰੀ ਲਾਈਫ 'ਚ ਕੋਈ ਫਰਕ ਆਏਗਾ ਨਾ 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 ਲੇਕਿਨ ਤੁਹਾਡੇ ਇੰਜ ਕਹਿਣ ਦੇ ਨਾਲ ਲੈਣਾ ਕਿ ਮੈਂ ਛੱਡ ਦੇਣਾ ਜੇ ਵੋ ਫਲਾਂ ਕਈਆਂ ਦੇ ਚੈਨਲਾਂ ਨੂੰ ਫਰਕ ਪਏਗਾ ਕਈਆਂ ਨੇ ਥੰਮ ਨੇ ਲਾ ਦੇਣੇ ਸਜਾਦ ਸਾਹਿਬ ਨੇ ਜਾਨੀ ਨੇ ਛੋੜਨ ਦਾ ਫੈਸਲਾ ਕਰ ਦਿਆ ਫੈਸਲਾ ਕਰ ਲਿਆ ਉਹਨੇ ਵੈਸੇ ਕਿਹਾ ਹੁੰਦਾ ਯਾਰ ਮੈਂ ਤੇਰਾ ਬਾਹਰ ਬਾਹ ਲੈਣ ਮੇਰੇ ਕੋਲ ਨੀ ਏਦਾਂ ਹੁੰਦਾ ਕਿ ਮੈਂ ਆਹ ਚੀਜ਼ ਸੋਚ ਕੇ ਕਵਾਂ ਮੈਂ ਆਹ ਚੀਜ਼ ਸੋਚ ਕੇ ਮੈਂ ਆਹ ਨਾ ਕਵਾਂ ਇਹਦਾ ਏਦਾਂ ਹੋਜੂ ਉਹ ਯਾਰ ਮੈਂ ਤੁਹਾਨੂੰ ਕਿਹਾ ਨਾ ਮੈਨੂੰ ਨਹੀਂ ਏਡਾ ਕੋਈ ਰੌਲਾ ਹੈਗਾ ਐਡੀ ਤੇ ਗੱਲ ਆ ਮੈਨੂੰ ਬੜਾ ਦੁੱਖ ਆ ਮੇਰੇ ਤੇ ਕਾਮੇਡੀਅਨ ਦੀ ਛਾਪ ਲੱਗ ਗਈ ਮੈਂ ਕਾਮੇਡੀਅਨ ਹੈ ਹੀ ਨਹੀਂ ਮੇਰੀ ਗੱਲ ਸਮਝ ਆ ਰਹੀ ਜਿਹੜੇ ਮਿਲਣ ਆਉਂਦੇ ਨੇ ਜਾਂ ਜਿਹੜੇ ਬੰਦੇ ਆਉਂਦੇ ਨੇ ਜਾਂ ਜਿਹੜੇ ਬੰਦੇ ਤੁਸੀਂ ਦੱਸ ਦਿਓ ਕਿ ਮੈਂ ਕਿੰਨਾ ਕੁ ਕਾਮੇਡੀਅਨ ਪਾਇਣ ਗੱਲ ਇਹ ਮੈਂ ਤੁਹਾਨੂੰ ਦੱਸਿਆ ਨਾ ਇਹਨਾਂ ਦੀ ਸਿਰਫ ਇਹਨਾਂ ਦੀ ਮੁਹੱਬਤ ਆ ਬਸ ਕਿ ਮੈਂ ਹੁਣ ਤੱਕ ਖਿੱਚੇ ਆ ਰਿਹਾ ਇੱਕ ਇੱਕ ਮਿੰਟ ਐਸਾ ਆ ਜਾਂਦਾ ਯਾਰ ਉਹਨਾਂ ਜਿਹੜਾ ਕੱਲ੍ਹ ਅਸੀਂ ਸ਼ੋਅ 'ਚ ਕੱਲ੍ਹ ਪਰਸੋਂ ਕਮੈਂਟ ਪੜਿਆ ਜਿਸ ਬੰਦੇ ਨੇ ਕਿਹਾ ਯਾਰ ਕਿ ਮੈਨੂੰ ਬ੍ਰੇਨ ਟਿਊਮਰ ਸੀ ਅਤੇ ਇੱਕ ਨੇ ਕਿਹਾ ਜੀ ਮੈਂ ਤੁਹਾਡੀ ਵਜ੍ਹਾ ਤੋਂ ਜ਼ਿੰਦਾ ਇੱਦਾਂ ਦੇ ਕਮੈਂਟਸ ਮੈਨੂੰ ਸ਼ੁਰੂ ਤੋਂ ਮਿਲਦੇ ਆ ਰਹੇ ਨੇ ਐਫ ਐਮ ਦੇ ਦੌਰ 'ਚ ਉਹਨਾਂ ਦੀ ਵਜ੍ਹਾ ਤੋਂ ਮੈਂ ਜ਼ਿੰਦਾ ਲੇਕਿਨ ਇੱਕ ਐਂਡ ਤੱਕ ਇੱਕ ਮਤਲਬ ਇੱਕ ਲਿਮਿਟ ਤੱਕ ਨਾ ਇੱਕ ਐਂਡ ਤੱਕ ਮੈਨੂੰ ਕੋਈ ਨਹੀਂ ਚੱਕਰ ਹੈਗਾ ਕਿ ਐਸਾ ਕਿ ਨਾ ਮੇਰੀ ਇੱਕ ਫੈਮਿਲੀ ਐਸੀ ਹੈ ਕਿ ਜਿਹੜੀ ਕਹੇਗੀ ਕਿ ਅਗਰ ਹੁਣ ਇੱਥੇ ਮਤਲਬ ਲੱਖ ਰੁਪਇਆ ਸਾਨੂੰ ਜਾਂ 2 ਲੱਖ ਰੁਪਇਆ 3 ਲੱਖ ਰੁਪਇਆ ਮਹੀਨੇ ਦਾ ਬਚ ਰਿਹਾ ਅਤੇ ਪਾਪਾ 40,000 ਦੇ ਵਿੱਚ ਅਸੀਂ ਕਿੱਦਾਂ ਗੁਜ਼ਾਰ ਇੱਦਾਂ ਦਾ ਕੋਈ ਵੀ ਨਹੀਂ ਗਾ ਅੱਲਾ ਨੇ ਮੈਨੂੰ ਜੀ ਦਿੱਤਾ ਉਹ ਨਾ ਇੱਦਾਂ ਦਾ ਕੋਈ ਚੱਕਰ ਹੀ ਨਹੀਂ ਗਾ ਲੇਕਿਨ ਉਸਤਾਦ ਜੀ ਮੈਂ ਹੋਸ਼ੋ ਹਵਾਸ ਦੇ ਵਿੱਚ ਅੱਜ ਮੈਂ ਵੀ ਐਲਾਨ ਕਰਦਾ ਕਿ ਮੇਰੇ ਉਸਤਾਦ ਜੀ ਅਗਰ ਇੰਜ ਪੈਕਅਪ ਕਰਨਗੇ ਨਾ ਉਸਤਾਦ ਜੀ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਸੀਂ ਨਾ ਕਰੋ ਪਰਵਰਿਸ਼ ਬਰਸੋਂ ਤੇਰਾ ਦਿਮਾਗ ਖਰਾਬ ਹੋ ਗਿਆ ਨਿਆਣੇ ਅਚਾਨਕ ਨਹੀਂ ਹੁੰਦੇ ਜਾਨੀ ਕਿ ਚਾਹ ਜਿਹੜਾ ਲੈਵਲ ਲੈ ਕੇ ਜਾਣਾ ਸੀ ਹਲੇ ਉਸਤਾਦ ਜੀ ਇੱਕ ਟਾਈਮ ਆਏਗਾ ਉਹ ਕਹਿੰਦੇ ਨਾ ਉਸ ਸ਼ੋਅ ਦੀ ਮੁਬਾਰਕਬਾਦ ਉਸਤਾਦ ਜੀ ਮੇਰੇ ਵੱਲੋਂ ਤੁਹਾਨੂੰ ਸਾਰੇ ਉਸਤਾਦ ਜੀ ਅਲਹਮਦੁਲਿਲਾ ਵੈਰੀ ਗੁੱਡ ਮੈਨੂੰ ਮਜ਼ਾ ਆਇਆ ਸੈੱਟ ਦਾ ਉਸਤਾਦ ਜੀ ਸਰ ਉਹ ਇੱਕ ਟਾਈਮ ਆਏਗਾ ਇੱਕ ਨਿਚੋੜ ਕੱਢਿਆ ਵਾ ਆ ਜਦੋਂ ਅਚਾਰ ਸ਼ਾਇਦ ਅਸੀਂ ਜਿਹੜਾ ਆਊਟ ਹੋਇਆ ਰਹਾ ਉਸਤਾਦ ਜੀ ਦੇ ਇੱਦਾਂ ਦੀ ਗੱਲਾਂ ਕੀਤੀ ਨਹੀਂ ਤਾਂ ਨਹੀਂ ਮੈਂ ਕਦੀ ਵੀ ਨਹੀਂ ਕੀਤੀ ਉਸਤਾਦ ਜੀ ਮਾਰਦੇ ਸਾਜੀ ਨਹੀਂ 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 ਕਿਤੇ ਗੱਲਾਂ ਕਰਿਆ ਮੇਰੀ ਗੱਲ ਸੁਣ ਲਓ ਅਸੀਂ ਇਸ ਟੀਮ ਨੂੰ ਇਸ ਤੇ ਜਾਨੀ ਕੀ ਚਾ ਆ ਟੀਮ ਨੂੰ ਨਾ ਕੀ ਕਹਿੰਦੇ ਟੀ ਟਾਈਮ ਨੂੰ ਖੂਨ ਪਸੀਨਾ ਦੇਣ ਵਾਲੇ ਲੋਕਾਂ ਸੀ ਅਸੀਂ ਇੱਥੋਂ ਤੀਕਰ ਲਿਆਂਦਾ ਤੇ ਅਸੀਂ ਇਹ ਨਹੀਂ ਹੋਣ ਲੱਗਾ ਉਸਤਾਦ ਜੀ ਕਿ ਤੁਹਾਨੂੰ ਕਿਤੇ ਅਸੀਂ ਫੈਸਲ ਸਾਹਿਬ ਨਹੀਂ ਹੁੰਦਾ ਮੈਂ ਫਰੀ ਤੂੰ
ਫਰੀਦ ਉਸਤਾਦ ਜੀ ਦੀ ਹੁਣ ਗੱਲ ਪਤਾ ਯਾਰ ਮੈਂ ਨਾ ਡਰਾਮਿਆਂ ਚ ਕੰਮ ਕਰਨਾ ਛੱਡਤਾ ਹੁਣ ਮੈਂ ਫਿਲਮਾਂ ਕਰਿਆ ਕਰਨੀਆਂ ਠੀਕ ਹੈ ਨਾ ਉਸਤਾਦ ਜੀ ਨੇ ਰਹਿਣਾ ਸ਼ੋਬਿਜ਼ ਦੇ ਵਿੱਚ ਹੀ ਆ ਬਹੁਤ ਕੁਛ ਜ਼ਿਆਦਾ ਅੱਛਾ ਕਰ ਸਕਦਾ ਕੁਛ ਨਾਜਾਬ ਕਰ ਸਕਦਾ ਲੇਕਿਨ ਮੇਰਾ ਇੱਥੇ ਨਾ ਵਕਤ ਜ਼ਾਇਆ ਹੋਈ ਯਾਰ ਸਹੀ ਵਕਤ ਨਹੀਂ ਜ਼ਾਇਆ ਹੁੰਦਾ ਅੱਗੇ ਜਿਹੜੇ ਨੇ ਨਾ ਤੁਸੀਂ ਬੰਦੇ ਅੱਗੇ ਗਲਤ ਰੱਖ ਨਹੀਂ 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 ਮੈਂ ਕੁਛ ਵੱਡਾ ਕਰ ਮੈਨੂੰ ਕੋਈ ਵੱਡਾ ਮਿਲੇ ਨਾ ਲਾਈਕ ਦੇਖ ਰਿਹਾ ਮੈਨੂੰ ਇੱਕ ਦੋ ਬੰਦਿਆਂ ਨੇ ਰਾਬਤਾ ਕੀਤਾ ਇੰਡੀਆ ਪੰਜਾਬ ਚੋਂ ਦੁਬਈ ਚੋਂ ਜਿਹਨਾਂ ਜਿਹਨਾਂ ਨੂੰ ਦੁਨੀਆਂ ਜਾਣਦੀ ਜਿਹੜੇ ਮਤਲਬ ਦੁਨੀਆਂ ਚ ਮਤਲਬ ਉਹਨਾਂ ਦਾ ਨਾਮ ਆ ਉਹਨਾਂ ਨੇ ਕਿਹਾ ਯਾਰ ਸੜਕੋ ਆ ਜਾ ਅਖਤਰ ਲਾਵ ਨੇ ਕੋਈ ਐਸਾ ਬੰਦਾ ਮੈਨੂੰ ਮਿਲ ਜਾਂਦਾ ਜਿਹੜਾ ਮੈਨੂੰ ਜਿਹਨੂੰ ਮੇਰੀ ਮੈਨੂੰ ਪਤਾ ਕਿ ਯਾਰ ਇਹ ਬੰਦੇ ਕੋਲ ਮੈਂ ਕੀ ਕੰਮ ਲੈ ਸਕਦਾ ਜਾਂ ਇਹਦੀ ਕੀ ਇਹਦੀ ਵਰਥ ਕੀ ਹੈ ਮੈਂ ਉਹਦੇ ਕੋਲ ਚੱਲ ਜਾਂਗਾ ਅਸੀਂ ਵੇਖ ਲੋ ਤੁਸੀਂ ਸਾਨੂੰ ਦੂਰ ਕਰਕੇ ਵੇਖੋ ਇਹਨਾਂ ਲੋਕਾਂ ਨੇ ਤੁਹਾਨੂੰ ਕਹਿਣਾ ਵਾ ਕਿ ਯਾਰ ਉਹਨਾਂ ਨੂੰ ਲਿਆਓ ਉਹਨਾਂ ਨੇ ਕਹਿਣਾ ਸਹੀ ਕੀਤਾ ਫਰੀ ਜੇ ਉਹਨਾਂ ਕਹਿਣ ਡਿਆ ਉਸਤਾਦ ਜੀ ਦਾ ਜਿਹੜਾ ਫੈਸਲਾ ਉਹਦੇ ਚ ਹਕਮਤ ਅਮਲੀ ਹੁੰਦੀ ਆ ਯਾਰ ਅਸੀਂ ਕੀ ਬੇਜ਼ਰਰ ਲੋਕ ਆ ਅਸੀਂ ਕੀ ਇਹਨਾਂ ਨੂੰ ਦੁੱਖ ਦੇ ਦਿੱਤਾ ਫੈਸਲਾ ਸਾਡਾ ਗੁਸਰੇ ਵਾਲਾ ਹਿਸਾਬ ਹੀ ਆ ਮਿੱਠਾ ਤੇ ਮੈਂ ਨਾ ਅਸੀਂ ਉਹ ਤੇਰਾ ਤੇ ਹੈ ਹੀ ਆ ਮੈਂ ਤੇ ਆਪਣਾ ਲਾਉਣ ਅਸੀਂ ਕੀ ਕੀਤਾ ਨਾ ਅਸੀਂ ਕੋਈ ਤੰਗੀ ਤੰਗੀ ਹੁੰਦੇ ਉਸਤਾਦ ਜੀ 9 ਦਿਨ ਦੇ ਕੱਟ ਲੋ ਪਏ ਜੋ ਸ਼ੇਖਪੁਰੇ ਵਾਲੀ ਮੈਂ ਤੁਹਾਡੇ ਨਾਲ ਮੈਂ ਕਿਤੇ ਛੱਡ ਕੇ ਵੀ ਨਾ ਜਾਣ ਦੇ ਨਾ ਜਾਣਾ ਤੇਰੇ ਦਰਸ਼ਨ ਦੇਖ ਕਦ ਤੂੰ ਪਲਟ ਗਿਆ ਤੂੰ ਲੈ ਪਲਟ ਗਿਆ ਮੈਂ ਦੇਖ ਨਾ ਪਲਟਾ ਉਹ ਉਹਨਾਂ ਨੂੰ ਗਰੰਟੀ ਦੇ ਕੇ ਨਹੀਂ ਜਾਂਦੇ ਕਿ ਮੈਂ ਨਹੀਂ ਮੈਂ ਨਹੀਂ ਕਿਤੇ ਨੀ ਜਾਂਦੇ ਮੈਂ ਭਾ ਮੌਲ ਵੀ ਕਿੱਥੇ ਚੱਲਾ ਬੰਦ ਕਰਕੇ ਖਦਾ ਤੇ ਨਾ ਹੀ ਅਸੀਂ ਇੱਥੇ ਬੈਠੇ ਹਾਂ ਲੈ ਮੇਰੇ ਪੈਰਾਂ ਦੀ ਲੱਚੀ ਲੱਗੀ ਜਿਨਾ ਜੋ ਮੈਂ ਤੁਹਾਡੇ ਲਈ ਕੋਈ ਨਹੀਂ ਹਾਂ ਵੇ ਲਿੰਗ ਦਿੱਤਾ ਦਿਲ ਤੇਰੇ ਨਾਲ ਵੇ ਲਿੰਗ ਦਿੱਤਾ ਦਿਲ ਤੇਰੇ ਨਾਲ ਅੱਛਾ ਕਈ ਬੰਦੇ ਨੇ ਟੀ ਟਾਈਮ ਦੇਖਦੇ ਰੋਟੀ ਖਾਂਦੇ ਆ ਕਹਿਣ ਦੇ ਜੰਜ ਸਾਹਿਬ ਆਏ ਹੋਏ ਨਾ ਇੱਕ ਮਿੰਟੇ ਕੋਲ ਚੱਲੇ ਨਾ ਚੱਲੇ ਖੁਦਾ ਮੇਰਾ ਜਾਣਦਾ ਮੈਂ ਹੁੰਦਾ ਗੱਲ ਦੱਸਾਂ ਤੁਸੀਂ ਲੋਕ ਮੇਰਾ ਲਿਖ ਕੇ ਨਾ ਤੂੰ 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 ਦੋ ਤਿੰਨ ਹੋਰ ਜਿਹੜੇ ਜਿਹੜੇ ਹਸਾਣ ਨੀ ਲੱਗਾ ਮੇਰਾ ਹਾਲਾ ਤੁਸੀਂ ਲਿਖ ਕੇ ਦੇ ਦਿਓ ਕਿ ਸਾਡਾ ਕਾਤਲ ਫੈਸਲ ਰਾਮੇ ਦੇ ਠੀਕ ਹੈ ਆਉਣ ਵਾਲੇ ਵਕਤ 'ਚ ਮੈਂ ਤੁਹਾਨੂੰ ਮਾਰ ਦੇਣਾ ਮੈਂ ਸਾਨੂੰ ਸੱਚੀ ਵੀ ਉਸਤਾਦ ਮੇਰੇ ਨੂੰ ਕੁਛ ਨਾ ਡਿਸਾਈਡ ਲੇਕਿਨ ਉਸਤਾਦ ਜੀ ਸਾਡੇ ਹੈ ਨਾ ਮਾਸੂਮ ਨੇ ਭੋਲੇ ਨੇ ਮੇਰੇ ਉਸਤਾਦ ਨੂੰ ਨਹੀਂ
पता लगता उस्ताद जी जिहड़ा आया मुंह चुके आ गया अंदर सैतल सारा पता लगता जिहड़ी तो उधर शर्ट लैके गया उन्होंने सारा तू चार दा डब्बा चुकया उन्होंने वो भी पता कदे मसूम आ मसूम ते हुंदा जिहड़ा कहंदा वाइने वाइने आया चार तो नहीं मैंने पता भी चुके मर्जी करो मैं नहीं मारना आप ही मरो मैंने एक मेल आई बंदा कह रहा सलाम लगे जानी भाई ये मैं हूं इन्हें लिखे मैं यार ये की मतलब बंदा पूछता जानी भाई ये आप है कहना जानी भाई ये मैं हूं फिर मेल आई जानी भाई ये मैं ही हूं मैं उन्होंने रिप्लाई किया मैं क्या हाँ भाई ये तुम ही हो बताओ यानी बरीकी चेक करो क्या बात है समझ आ रही गल दी मैं इस जगह पे नहीं 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 तो चीजा होंगे ना बंदा कहता यार जानी भाई ये तुसी हो तो अगो कह रहा जानी भाई ये मैं ही हूं मैं क्या हाँ ये तू ही है तो इधर मैं ही हाँ अच्छा सर जी चेजे चूजे की गल होनी सर जी एक मेरी जो परसों लड़ाई हुई बहुत ज्यादा उस जी बड़ी यानी कि हैवी लैवल टिकर चले कि बंदे बुंदे आ गए तुम मैं दसना सी मैं तुम फोन नहीं किया मैं परेशान ना हो जाऊ उसताद जी ने अभी उड के बजना गड्डिया गुड़िया लैके फैसला कोई नहीं मैं तो नहीं दसिया तुम उसताद जी एक है खवाजा सरा ओके वो मेरे ते मरदा है तेनू लोग बहुत प्यार करदे हर कोई शकल सूरत ते नहीं मरदा मतलब कौम हो जिनसा कोई अच्छा जी ब्याह करा लो मैं फिर अच्छा एक मिनट ठहर जाए एक मिनट ठहर जाए करा ला क्यों ना करा मेरे मगर पिया मैं तुम की दसा करैक्टर ने फरीद साहब बंदे सद लेने तो बंदे हम मेन सिफारिशा कर रहे यार फैसल साहब मेहरबानी यार असि ये आशक हो देख फैसल मेरे तो दुनिया मर दी मैं तेरे मर दी ते यार ये केड़ी ऐसी अनहोनी आ ये ऐसी डीग्रेड करने वाली केड़ी गल आ इंसान आ तो व्याह करा ला व्याह करा ला तो करा ला हाय 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 उस्ताद जी मैं किदा करा ला मेरा जमीर नहीं मानता तो ना करा यार एक मिसाल मेरी गल सुन ना जरूरी नहीं हर मतलब अगर कोई प्यार करता तो उसका एंड नतीजा व्याह ही आ जलील भी लैदा करना मेरे को ना करा उन जी ठीक उस्ताद जी किस तरह कि ब्याह करा के उतला कमरा बनवाना जी भाजन तलाक ला ले फरीद साहब ਉਹਨੇ ਨਾ ਬੰਦੇ ਸੱਦ ਲਏ ਤੇ ਬੰਦੇ ਜਿਹੜਾ ਮੈਨੂੰ ਹੋਟਲ ਚ ਕੁੜਾ 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 ਕਰਕੇ ਉੱਪਰ ਮੈਨੂੰ ਕੁੱਟਣ ਆ ਰਹੇ ਨੇ ਠੀਕ ਹੈ ਪਰਸੋਂ ਦੀ ਗੱਲ ਹੈ ਮੈਨੂੰ ਕੁੱਟਣ ਆ ਰਹੇ ਨੇ ਤੇ ਮੈਂ ਅੱਗੇ ਜਦੋਂ ਉਹਨਾਂ ਨੇ ਵੇਖਿਆ ਫੈਸਲ ਭਾਈ ਓ ਯਾਰ ਮੇਰੀ ਗੱਲ ਸਾ ਫੈਸਲ ਜੀ ਕੁੱਟਣ ਆ ਰਹੇ ਨੇ ਜਦਾਦ ਨਾਮ ਗੱਡੀ ਨਾਮ ਲਾ ਰਹੇ ਆ ਯਾਰ ਮੇਰੀ ਗੱਲ ਸੁਣ ਨਾ ਮੇਰੀ ਗੱਲ ਸੁਣ ਨਾ ਗੱਲ ਇਹ ਹੈ ਕਿ ਤੁਸੀਂ ਉਤੇ ਨਾਲ ਪਿਆਰ ਕਰਦਾ ਠੀਕ ਹੈ ਕਰਨ ਦੇ ਵਿਆਹ ਆਹੋ ਵਿਆਹ ਹੁੰਦਾ ਵਾ ਸਾਡੇ ਹਾਂਜੀ ਥੋੜੀ ਦੇਰ ਮੇਰਾ ਹੁੰਦਾ ਇਹਨਾਂ ਦਾ अगर तुसी किसे ख्वाजा सराना भी माधरत मैं नहीं सुने और लोग कर लेंदे ने लेकिन नहीं होता नहीं करदा ओ यार ते तुसी ना कराओ ते ना कर तो मैं नहीं करान दिया उस तो बाद उन्हें ना सिफारिश पाई वो कहंदा जी कि फैसल साहब मैं तुहानू नहीं मिलदा ये वो लेकिन मेरी एक ख्वाहिश है कि एक बारी ना तुसी मेरे कोल घर आना तुसी मैं कहा ठीक है हुण उस्ताद जी मैं ना वादा कर लिया कि सीनियर दोस्त दे
ਰੈਫਰੈਂਸ ਦੇ ਨਾਲ ਮੈਂ ਵਾਅਦਾ ਕਰ ਲਿਆ ਮੈਂ ਕਿਹਾ ਮੈਂ ਜਾਵਾਂਗਾ ਉਸਤਾ ਜੀ ਮੈਂ ਕਮਰੇ 'ਚ ਵੜਿਆ ਵਾਂ ਫਰੀਦ ਮੇਰਾ ਕੋਈ ਫੁੱਲਾਂ ਪੱਤੀਆਂ ਨਾਲ ਇਸਤਕਬਾਲ ਹੋਇਆ ਯਾਰ ਫੁੱਲ ਹੀ ਫੁੱਲ ਕਮ ਅਜ਼ ਕਮ ਇੰਨੇ ਇੰਨੇ ਫੁੱਲ ਯਾਨੀ ਕਿ ਸਿੱਟੇ ਸੀਗੇ ਇੱਥੋਂ ਫਾਇਦਾ ਲੰਘ ਕੇ ਆਉਣਾ ਢਾਈ ਢਾਈ ਸਾਲ ਦੇ ਫੁੱਲ ਮੈਂ ਏਡੇ ਯਾਰ ਇੰਨੇ ਕੁ ਫੁੱਲ ਭਰ ਦਿੱਤੇ ਸੀ ਯਾਰ ਅੱਗੇ ਗੱਲ ਮਕਾ ਉਹ ਵਿੱਚ ਬੋਲੀ ਜਾਂਦੇ ਨੇ ਮੈਂ ਗੱਲ ਕੀ ਕਰੂੰ ਸਰ ਜੀ ਯਾਰ ਬਾਰੇ ਕੋਈ ਲੌਜਿਕ ਨੀ ਗੀ ਖਵਾਜਾ ਸਰਾਹ ਨਾ ਤੂੰ ਦੱਸਾ ਜੀ ਇੱਕ ਇਨਸਾਨ ਉਹਨੂੰ ਮੇਰੇ ਨਾਲ ਪਿਆਰ ਹੋ ਗਿਆ ਜਾਨਵਰਾਂ ਨਾਲ ਪਿਆਰ ਹੋ ਸਕਦਾ ਇੱਥੇ ਲੋਕ ਰੋਣ ਲੱਗ ਪੈਂਦੇ ਨੇ ਉਹਨਾਂ ਦੀ ਬਿੱਲੀ ਬਿਮਾਰ ਹੋ ਜਾਏ ਰੋਣ ਲੱਗ ਪੈਂਦੇ ਤੇ ਇਹ ਤੇ ਫਿਰ ਇਨਸਾਨ ਸਰ ਉਹਦੀ ਫਾਈਨਲ ਪੰਚ ਮੇਰਾ ਖਿਆਲ ਕੋਈ ਫਾਈਨਲ ਪੰਚ ਨਹੀਂ ਏਡੀ ਲੰਮੀ ਤੇ ਮੇਰੇ ਕਾਗਜ਼ਾਂ 'ਚ ਏਡੀ ਦੇਰ ਤੋਂ ਬਾਅਦ ਪੰਚ ਮੈਂ ਗਿਣਦਾ ਹੀ ਨਹੀਂ ਕਿਤੇ ਇਹੋ ਜਿਹੀ ਪੰਚ ਨੂੰ ਮੇਰੇ ਕਾਗਜ਼ਾਂ 'ਚ ਤੇ ਦੂਜੀ ਤੀਜੀ ਲੈਣ ਤੋਂ ਬਾਅਦ ਪੰਚ ਉਸਤਾਦ ਜੀ ਇਹ ਲੜਾਈ ਕੋਈ ਨਹੀਂ ਹੈ ਜੁਗਤ ਨਹੀਂ ਮੈਂ ਤੁਹਾਨੂੰ ਇੱਕ ਵਾਕਿਆ ਸੁਣਾ ਰਿਹਾ ਵਾਂ ਪਰ ਫੈਸਲ ਫੁੱਲਾਂ ਦਾ ਅੱਛਾ ਫਿਰ ਉਹਨਾਂ ਦੋਸਤ ਨਾ ਕਰਨਾ ਵੈਸੇ ਚੁਕਨਿਆਦਰੀ ਤੇ ਚੱਲ ਗਏ ਢੋਲਕ ਤੇ ਚੱਲ ਗਏ ਉਹ ਓਕੇ ਆ ਉਹ ਚੱਲ ਜਾ ਕਰਿਓ ਜੈਨੂਇਨ ਗੱਲ ਦੱਸਦਾ ਇਸ ਬੰਦੇ ਨੇ ਮੈਨੂੰ ਇੱਕ ਦਿਨ ਵਟਸਐਪ ਤੇ ਇੱਕ ਤਸਵੀਰ ਭੇਜੀ ਇਹਨੇ ਕਿਹਾ ਮੈਂ ਕਸਮ ਵਾਲੀ ਗੱਲ ਆ ਮੈਂ ਮੇਰੇ ਮੂੰਹ ਕਸਮ ਮੈਂ ਨਾ ਹੀ ਖਾਣਾ ਚਾਹ ਰਿਹਾ ਨਿਕਸਤਾ ਜੀ ਹੈ ਇਨਸਾਨ ਮੇਰੇ ਤੇ ਮਰ ਗਿਆ ਮੈਨੂੰ ਕਹਿੰਦਾ ਮੈਂ ਤੇਰੇ ਤੋਂ ਬਗੈਰ ਰਹਿ ਨਹੀਂ ਆਹੋ ਤੇ ਯੇ ਵੋ ਫਲਾਂਡੀ ਠੀਕ ਹੈ ਜੀ ਔਰ ਐਂਡ ਤੇ ਉਹਦੀ ਜਿਹੜੀ ਭਾਵਨਾ ਹੈ ਐਂਡ ਤੱਕ ਸੀ ਤੇ ਉਹਨੇ ਇਹਨੂੰ ਆਪਣੀਆਂ ਤਸਵੀਰਾਂ ਭੇਜੀਆਂ ਬਈ ਨਾਜ਼ਰੀਨ ਇਹ ਤਸਵੀਰਾਂ ਐ ਜਰਮਨ ਐਕਸਪ੍ਰੈਸ਼ਨ ਦੀਆਂ ਖੁਦਾ ਦੀ ਕਸਮੇ ਐਡੀਡੀਓ ਦੀ ਦਾੜੀ ਅੱਲਾ ਪਾਕ ਦੀ ਕਸਮੇ ਐਡੀਡੀਓ ਦੀ ਦਾੜੀ ਤੇ ਭਾਈ ਤੇ ਮੌਲਵੀ ਤੇ ਮੈਂ ਇਹਨੂੰ ਫੋਨ ਕਰਕੇ ਗਾਲਾਂ ਕੱਢੀਆਂ ਮੈਂ ਕਿਹਾ ਇਹ ਕੀ ਤੂੰ ਮੇਰੇ ਨਾਲ ਮਜ਼ਾਕ ਕਰਨਾ ਕਹਿੰਦਾ ਇਹਨੇ ਕੋਈ 40 ਕਸਮਾਂ ਕਰਦੀ ਉਸਤਾਦ ਜੀ ਆਹ ਚੈਟ ਪੜੋ ਮੈਂ ਚੈਟ ਪੜੀ ਮੈਂ ਪਾਗਲ ਹੋ ਗਿਆ ਉਹਨੇ ਭਾਜੀ ਉਹਨੇ ਕਿਹੜੀ ਕਿਹੜੀ ਤਸਵੀਰ ਇਹਨੂੰ ਆਪਣੀ ਭੇਜੀ ਹੋਈ ਔਰ ਮੈਂ ਕਿਉਂ ਕਹਿ ਰਿਹਾ ਮੈਂ ਨਹੀਂ ਇਸ ਫੀਲਡ 'ਚ ਰਹਿਣਾ ਮੁਹੱਬਤ ਹੋ ਸਕਦੀ ਹੁਣ ਤੁਸੀਂ ਹਿਸਾਬ ਲਾਓ ਕਿ ਯਾਰ ਮਾਸ਼ਾਅੱਲਾ ਮਤਲਬ ਇਹਦੇ 'ਚ ਦਾੜੀ ਨੂੰ ਮੈਂ ਕੁਛ ਨਹੀਂ ਕਹਿ ਰਿਹਾ ਇਹ ਕਰੈਕਟਰ ਆ ਕਿ ਤੁਸੀਂ ਆਪ ਸੋਚੋ ਜ਼ਰਾ ਕਿ ਏਡੀ ਏਡੀ ਦਾੜੀ ਹੋਵੇ ਤੇ ਉਹ ਬੰਦੇ ਨੇ ਐਂ ਕੀਤਾ ਵੇ ਤੇ ਕੀ ਤੇ ਮੈਂ ਇਹਨੂੰ ਕਾਹਲਾ ਮੈਂ ਕਿਹਾ ਫੈਸਲ ਹੀ ਆ ਰਿਹਾ ਕੀ ਬਕਵਾਸ ਹੈ ਕੌਣ ਆ ਇਹਨੇ ਉਹਦੀ ਚੈਟ ਭੇਜੀ ਭਾਜਨ ਮੈਂ ਕਿਹਾ ਅਗਰ ਮੈਂ ਕਹਿੰਦਾ ਅਗਰ ਮਿਰਜ਼ਾ ਸਾਹਿਬਾ ਕੋ ਮੋਬਾਇਲ ਹੁੰਦਾ ਨਾ ਇਹੋ ਜਿਹੀ ਮੁਹੱਬਤ ਵਾਲੀ ਚੈਟ ਉਹਨਾਂ ਨੇ ਵੀ ਨਹੀਂ ਸੀ ਕਰਨੀ ਜਿਹੜੀ ਉਸ ਬੰਦੇ ਵੱਲੋਂ ਇਹਨੂੰ ਫਿਰ ਉਸ ਤੋਂ ਬਾਅਦ ਉਹਨੇ ਤਸਵੀਰਾਂ ਮੈਨੂੰ ਉਹਦੀਆਂ ਭੇਜੀਆਂ ਬਈ ਦੋ ਤਿੰਨ ਦਿਨ ਮੈਂ ਰੋਟੀ ਨਹੀਂ ਖਾਧੀ ਜਦੋਂ ਵੀਡੀਓ ਕਾਲ ਆਈ ਨਾ ਉਹਦੇ ਜ਼ਰੂਰੀ ਗੱਲ ਕਰਨੀ ਮੈਂ ਉਹਨੂੰ ਬੋਲਣ ਡਿਆ ਯਾਰ ਤੂੰ ਕੀ ਪਾਗਲ ਹੈ ਉਹ ਕਹਿੰਦਾ ਆਖਰੀ ਵਾਰੀ ਮੇਰਾ ਫੋਨ ਸੁਣਨਾ ਆਖਰੀ ਵਾਰੀ ਤੇ ਮੈਂ ਕਿਹਾ ਆਖਰੀ ਵਾਰੀ ਕਹਿੰਦਾ ਹਾਂਜੀ ਆਖਰੀ ਵਾਰੀ ਉਹਨੇ ਵੀਡੀਓ ਕਾਲ ਕੀਤੀ ਤੇ ਮੈਨੂੰ ਕਹਿੰਦਾ ਅੱਖਾਂ ਬੰਦ ਇੱਕ ਸ਼ੈਬ ਖਾਣੀਏ ਮੈਂ ਨੀ ਕਹਿੰਦੀ ਅੱਖਾਂ ਬੰਦ ਤੂੰ ਕੀ ਮਸਲਾ ਕੀ ਗੱਲ ਹੈ ਕਹਿੰਦਾ ਮੇਰਾ ਮਰੀ ਦਾ ਮੂੰਹ ਦੇਖੋ ਤੂੰ ਮੇਰਾ ਮਰੀ ਦਾ ਮੇਰਾ ਮਰੀ ਦਾ ਤੁਸੀਂ ਮੂੰਹ ਵੇਖੋ ਤੁਸੀਂ
ਉਸਤਾਦ ਜੀ ਮੈਂ ਮੈਨੂੰ ਬੜਾ ਜੈਨੂਇਨ ਗੱਲ ਆ ਇਹ ਸੱਚੀ ਗੱਲ ਆ ਕੋਈ ਮਜ਼ਾਕ ਨਹੀਂਗਾ ਸਖਾਵਤ ਨਾਲ ਨੀ ਸਾਹਿਬ ਨੀ ਉਹ ਦੱਸਦੇ ਕਿ ਬਈ ਮੈਂ ਇਹਦਾ ਰਕਬਾ ਵੇਖਿਆ ਬਈ ਉਹ ਅੱਛਾ ਉਸਤਾਦ ਜੀ ਇੱਕ ਫੈਸਲ ਸਾਹਿਬ ਦੀ ਇੱਕ ਮਿੱਠੇ ਦੀ ਵੀ ਗੱਲ ਆਉਂਦੀ ਇਹਨੂੰ ਕੁੜੀ ਫੋਨ ਤੇ ਉਹ ਮੈਨੂੰ ਪਤਾ ਫੋਨ ਤੇ ਗੱਲ ਕਰਦਾ ਤੇ ਮਿੱਠੇ ਗੱਲ ਮਿੱਠੇ ਨਾਲ ਵੀ ਕੁੜੀ ਗੱਲ ਕਰੀ ਜਾ ਰਹੀ ਛੋਟੇ ਹੁੰਦੇ ਆ ਤੇ ਬਸ ਕਰ ਛੋਟੇ ਹੁੰਦੇ ਵਾਈਸ ਚੇਂਜਰ ਨਹੀਂ ਸੀ ਹੁੰਦੇ ਕੁੜੀ ਦੀ ਆਵਾਜ਼ ਚ ਹਿਸਾਬ ਲਾਓ ਵੀ ਬੱਚਾ ਇਹਨੇ ਕਿਹਾ ਇਹ ਕੀ ਇਹਨੂੰ ਫੇਰ ਸਮਝ ਆਈ ਵੀ ਇਹ ਤੇ ਵੌਇਸ ਚੇਂਜਰ ਲੱਗਾ ਵਾ ਉਹਦੇ ਚ ਜਿਹੜੀ ਆਵਾਜ਼ ਆਈ ਜਾ ਰਹੀ ਉਹ ਕੁੜੀ ਦੀ ਸਬਜ਼ੀ ਵੇਚਣ ਵਾਲਾ ਵੀ ਕੁੜੀ ਦੀ ਆਵਾਜ਼ ਚ ਫੋਨ ਆਇਆ ਉਸਤਾਦ ਜੀ ਇੱਕ ਮੈਨੂੰ ਕਹਿੰਦੀ ਫੈਸਲ ਭਾਈ ਤੇ ਰੋਈ ਜਾਣ ਡਿਆ ਉਹ ਕਰੈਕਟਰ ਰੋਈ ਜਾ ਰਿਹਾ ਮੈਂ ਕਿਹਾ ਕੀ ਗੱਲ ਕੀ ਹੈ ਕਹਿੰਦੀ ਮੁਝੇ ਫਰੀਦ ਸੇ ਮਾਫੀ ਲੈ ਲੈ ਗੂਗਲ ਕਰਤੇ ਉਹਦਾ ਕ੍ਰਿਮੀਨਲ ਰਿਕਾਰਡ ਚੈੱਕ ਕਰਦੀ ਠੀਕ ਹੈ ਕਹਿੰਦੀ ਵਾਕਈ ਅੱਛਾ ਫੈਸਲ ਮੈਂ ਤੈਨੂੰ ਗੱਲ ਦੱਸਾਂ ਚੇਅਰਮੈਨ ਸੱਚੀ ਟਾਈਮ ਐਂਡ ਹੋ ਗਿਆ ਪ੍ਰੋਗਰਾਮ ਦਾ ਆਖਰੀ ਤੈਨੂੰ ਗੱਲ ਦੱਸਾਂ ਕਿ ਇਹ ਤੇਰੇ ਨਾਲ ਕੀ ਕਰਦਾ ਅਸੀਂ ਸ਼ਾਦੀ ਤੇ ਗਏ ਕਿਤੇ ਇੱਕ ਸ਼ਾਦੀ ਤੇ ਕਸਮ ਵਾਲੀ ਗੱਲ ਆ ਇਸ ਬੰਦੇ ਨੂੰ 8 to 10 ਬੰਦਿਆਂ ਨੇ ਨੰਬਰ ਮੰਗਿਆ ਕਿ ਫਰੀਦ ਭਾਈ ਨੰਬਰ ਤੇ ਇਹ ਨੰਬਰ ਕੀ ਲਹਾ ਰਿਹਾ ਅੱਛਾ ਇਹਨੇ ਨੰਬਰ ਪਹਿਲੀ ਵਾਰੀ ਜਦੋਂ ਲਹਾਇਆ ਤੇ ਮੈਂ ਕਿਹਾ ਯਾਰ ਇਹ ਨੰਬਰ ਤੇ ਬੜੇ ਮੋਹਤਬਰ ਤਰੀਕੇ ਨਾਲ ਲਹਾ ਰਿਹਾ ਲਿਖ ਲਿਖ ਕੇ ਸਰ ਜ਼ਰੂਰ 0300 ਫਲਾਣਾ ਉਹ ਤੇਰੇ ਵਾਲਾ ਮੈਂ ਇਹਨੂੰ ਕਿਹਾ ਦੂਜੀ ਵਾਰੀ ਵੀ ਉਹੀ ਕੀਤੀ ਇਹਨੇ 8-10 ਜਾਂਦੇ ਨੂੰ ਵਿਆਹ ਚ ਤੇਰਾ ਨੰਬਰ ਬਣਨਾ ਮੈਂ ਸਲਮਾਨ ਦਾ ਤੇ ਜਾਣ ਲੇਕਿਨ ਹੁਣ ਨਾ ਇੱਕ ਬੜਾ ਖੂਬਸੂਰਤ ਫੈਸਲਾ ਕੀਤਾ ਮੈਂ ਕਾਫੀ ਦਿਨਾਂ ਤੋਂ ਫੈਸਲਾ ਮੇਰਾ ਅੱਛਾ ਫੈਸਲਾ ਅਨਨੋਨ ਨੰਬਰ ਚੁੱਕਣਾ ਹੀ ਨਹੀਂਗਾ ਜਿਹੜਾ ਮਰਜ਼ੀ ਵੈਰੀ ਗੁੱਡ ਅੱਛੀ ਗੱਲ ਆ ਅਨਨੋਨ ਸੇਫ ਨੰਬਰ ਚੁੱਕਣਾ ਚਲੋ ਜੀ ਲਓ ਜੀ ਨਾਜ਼ਰੀਨ ਟਾਈਮ ਪੂਰਾ ਹੋ ਗਿਆ ਪ੍ਰੋਗਰਾਮ ਦਾ ਅਗਲੇ ਪ੍ਰੋਗਰਾਮ ਫਿਰ ਤੁਹਾਡਾ ਮੁਲਾਕਾਤ ਹੋਏਗੀ ਤੇ ਤੁਸੀਂ ਟੈਨਸ਼ਨ ਨਹੀਂ ਲੈਣੀ ਤੁਸੀਂ ਤੇ ਮੇਰੇ ਕੋਲ ਰਹਿ ਹੀ ਤੁਸੀਂ ਗਏ ਯਕੀਨ ਕਰੋ ਹੋਰ ਕੋਈ ਮੇਰੇ ਕੋਲ ਕੁਛ ਰਿਹਾ ਹੀ ਨਹੀਂ ਤੇ ਇਨਸ਼ਾਅੱਲਾ ਤਾਲਾ ਕੱਲ੍ਹ ਫਿਰ ਮੁਲਾਕਾਤ ਹੋਏਗੀ ਕੋਈ ਗੱਲਬਾਤ ਕੋਈ ਐਸੀ ਚੀਜ਼ ਕੋਈ ਤੁਹਾਡੇ ਦਿਲ 'ਚ ਮੇਰੀਆਂ ਗੱਲਾਂ ਤੋਂ ਕਿਸ ਤੋਂ ਇਲਾਵਾ ਹੋਵੇ ਤਾਂ ਥੱਲੇ ਈਮੇਲ ਚੱਲਦੀ ਵੀ ਅਤੇ ਮੇਲ ਕਰ ਦੇਣਾ ਪੜ੍ਹਦਾ ਮੈਂ ਸਾਰੀਆਂ ਹੀ ਹਾਂ ਅਤੇ ਆਪਣਾ ਬਹੁਤ ਖਿਆਲ ਰੱਖਣਾ ਇਨਸ਼ਾਅੱਲਾ ਇੱਕ ਗੱਲ ਕਿਹੜੀ ਮੇਰੇ ਜ਼ਿਹਨ 'ਚ ਆਈ ਸੀ ਹੁਣੇ ਹਾਂ ਫਰੀਦ ਸਾਹਿਬ ਇੱਕ ਗੱਲ ਕਿ ਇੱਕ ਮੈਨੂੰ ਦੁੱਖ ਆ ਕਿ ਬੰਦਾ ਤੁਸੀਂ ਕਿਸੇ ਚੀਜ਼ ਤੋਂ ਸਬਕ ਹਾਸਲ ਕਰਦੇ ਹੋ ਨਾ ਅਤੇ ਫਿਰ ਤੁਸੀਂ ਉਹਨੂੰ ਫੜ ਲੈਂਦੇ ਹੋ ਔਰ ਬਾਕੀ ਜ਼ਿੰਦਗੀ ਤੁਸੀਂ ਉਸ ਚੀਜ਼ ਨੂੰ ਮਤਲਬ ਮੱਦੇਨਜ਼ਰ ਰੱਖ ਕੇ ਗੁਜ਼ਾਰਦੇ ਹੋ ਕਿ ਇਹ ਮੈਂ ਕੀਤਾ ਸੀ ਨਾ ਅਤੇ ਇਹ ਹੁਣ ਨਹੀਂ ਕਰਨਾ ਯਾਨੀ ਲਾਈਕ ਤੁਹਾਨੂੰ ਇੱਕ ਨਸੀਹਤ ਮਿਲਦੀ ਕਿਸੇ ਵਜ੍ਹਾ ਤੋਂ ਤੁਸੀਂ ਕਿਸੇ ਬੰਦੇ ਨੂੰ ਪੈਸੇ ਧਾਰ ਦਿੱਤੇ ਦੋਸਤ ਨੂੰ ਬਹੁਤ ਸਾਰੇ ਲੋਕ ਨੇ ਉਹ ਦੋਸਤਾਂ ਨੂੰ ਮੈਂ ਨਹੀਂ ਦਿੰਦਾ ਮਤਲਬ ਮੈਨੂੰ ਕਹਿੰਦਾ ਵੈਸੇ ਲੈ ਲਾ ਧਾਰੇ ਨਹੀਂ ਦੇਣੇ ਕਿਉਂਕਿ ਇਹ ਗਿਆ ਲੈ ਤਲਕ ਪੈਸਾ ਮੈਂ ਅਕਸਰ ਦੇਖਿਆ ਉਹਦੀ ਕੋਈ ਮਜਬੂਰੀ ਬਣ ਸਕਦੀ ਹੈ ਮੈਨੂੰ ਜ਼ਰੂਰਤ ਹੋ ਸਕਦੀ ਹੈ ਅਤੇ ਮੈਂ ਉਹਨੂੰ ਕਹਿਣਾ ਦੇ ਉਹਨੇ ਕਹਿਣਾ ਯਾਰ ਕੀ ਹੈ ਦੇ ਦਾ ਉਹ ਤਲਕ ਖਰਾਬ ਉਹ ਬੰਦਾ ਇਹ ਇੰਨੀ ਕੁ ਗੱਲ ਆ ਕਿ ਬੰਦਾ ਮਹੀਨਾ 2 ਮਹੀਨੇ 6 ਮਹੀਨੇ ਦੇ ਵਿੱਚ ਬੰਦਾ ਫੈਸਲਾ ਕਰ ਲੈਂਦਾ ਕਿ ਯਾਰ ਦੋਸਤ ਨੂੰ ਅੱਜ ਤੋਂ ਬਾਅਦ ਧਾਰ ਨਾ ਦੇਣਾ ਨਾ ਉਹਦੇ ਕੋਲ ਲੈਣਾ ਲਾਈਕ ਇੱਦਾਂ ਨਾ ਫਿਰ ਤੁਸੀਂ ਨੈਕਸਟ ਇੱਕ ਉੱਪਰ ਮੈਂ ਲਾਈਫ 'ਚ ਜਿਹੜੇ ਐਕਸਪੈਰੀਮੈਂਟ ਕੀਤੇ ਨਾ ਜਾਂ ਜਿਹੜੇ ਮੈਨੂੰ ਲੱਗਾ ਕਿ ਹਾਂ ਇੰਝ ਲਾਈਫ ਗੁਜ਼ਾਰਨੀ ਚਾਹੀਦੀ ਸੀ ਅਤੇ ਹਾਂ ਹੁਣ ਮੈਂ ਆਹ ਨਹੀਂ ਕਰਨਾ ਉਹਦੇ ਲਈ ਮੇਰੇ ਕੋਲ ਵਕਤ ਨਹੀਂ ਰਿਹਾ ਯਾਨੀ ਮੇਰੀ ਪੂਰੀ ਲਾਈਫ ਦਾ ਜਿਹੜਾ 70% ਹਿੱਸਾ ਨਾ ਉਹ ਮੈਨੂੰ ਇੱਥੇ ਆ ਕੇ ਐਕਸਪੀਰੀਅੰਸ ਐਸਾ ਮਿਲਿਆ ਕਿ ਮੈਂ ਉਸ ਐਕਸਪੀਰੀਅੰਸ ਨੂੰ ਮੱਦੇਨਜ਼ਰ ਰੱਖ ਕੇ ਅੱਗੇ ਉਮਰ ਮੇਰੇ ਕੋਲ ਓਨੀ ਨਹੀਂ ਗਈ ਮੇਰੀ ਗੱਲ ਸਮਝ ਆ ਰਹੀ ਬਰੀਕੀ ਜੋ ਮੈਂ ਤੈਨੂੰ ਕਹਿਣਾ ਚਾਹੁੰਦਾ ਸਿੱਖਦਿਆਂ ਉਮਰ ਆ ਯਾਨੀ ਜੋ ਮੈਨੂੰ ਨਸੀਹਤਾਂ ਮਿਲੀਆਂ ਨੇ ਨਾ ਜਾਂ ਜੋ ਮੈਨੂੰ ਮਿਲਿਆ ਜਾਂ ਜੋ ਮੈਂ
ਉਹ ਇੰਨੀ ਇੰਨੇ ਸਾਲਾਂ ਤੋਂ ਬਾਅਦ ਜਾਂ ਇੱਕਦਮ ਐਸਾ ਐਸਾ ਇਦੋਂ ਮਿਲਿਆ ਜਾਂ ਮੈਨੂੰ ਕਹਿ ਲਾ ਵੀ ਉਦੋਂ ਅਕਲ ਆਈ ਹੈ ਮੈਨੂੰ ਉਦੋਂ ਮਿਲਿਆ ਕਿ ਜਦੋਂ ਅੱਗੇ ਉਹਨੂੰ ਉਸ ਉਹਨੂੰ ਠੀਕ ਕਰਕੇ ਅਤੇ ਨੈਕਸਟ ਲਾਈਫ ਦੇ ਵਿੱਚ ਕਿਹੜੀ ਚੀਜ਼ ਅਪਲਾਈ ਕਰਨੀ ਕਿਹੜੀ ਨਹੀਂ ਕਰਨੀ ਉਹਦਾ ਟਾਈਮ ਨਹੀਂ ਬਚਿਆ। ਲੇਕਿਨ ਅਗਰ ਮੇਰੀ ਇਸ ਸ਼ੋਅ 'ਚੋਂ ਜਾਂ ਮੇਰੀਆਂ ਗੱਲਾਂ 'ਚੋਂ ਤੁਸੀਂ ਅਗਰ ਹਾਸਲ ਕਰ ਸਕੋ ਤਾਂ ਇਹ ਫਿਰ ਬਹੁਤ ਇਨਸ਼ਾਅੱਲਾ ਤੁਹਾਡੇ ਕੰਮ ਆਉਣਗੀਆਂ ਚੀਜ਼ਾਂ, ਠੀਕ ਹੈ ਜੀ। ਅਤੇ ਜਿਹਦੇ 'ਚੋਂ ਸਭ ਤੋਂ ਵੱਡੀ ਗੱਲ ਇਹ ਹੈ ਸਰ, ਬੇਨਸਲਾ ਬੰਦਾ ਨੇ ਨਾਲ ਰੱਖਣਾ, ਬਸ ਬੇਨਸਲਾ ਬੰਦਾ ਨਹੀਂ, ਬੇਨਸਲਾ ਬੰਦਾ ਨਹੀਂ ਰੱਖਣਾ ਨਾਲ, ਬੇਨਸਲਾ ਬਹੁਤ ਅੱਛੀ। ਓਏ ਹੋਏ ਉਸਤਾਦ ਜੀ, ਇਹੀ ਤਾਂ ਮੈਂ ਕਹਿੰਦਾ ਉਸਤਾਦ ਜੀ, ਯਾਰ ਤੇ ਕੁੱਤੇ ਨਸਲ ਹੀ ਰੱਖੋ। ਹਾਂਜੀ ਬਸ ਇਹ ਵਾਲੀ ਗੱਲ ਤੇ ਰੱਖਣਾ। ਲੇਕਿਨ ਉਸਤਾਦ ਜੀ ਤੁਹਾਨੂੰ ਪਤਾ ਹੀ 15 ਸਾਲ ਬਾਅਦ ਲੱਗੇ, 8 ਸਾਲ ਬਾਅਦ ਲੱਗੇ, ਜਦੋਂ ਉਹ ਉਹ ਕੋਈ ਕੰਮ ਐਸਾ ਪਵੇ, ਕੋਈ ਗੱਲ ਐਸੀ ਹੋਵੇ, ਉਸ ਤੋਂ ਬਾਅਦ ਤੁਹਾਨੂੰ ਉਹ ਨਾ ਉਹ ਤੁਹਾਨੂੰ ਦੱਸੇ ਵੀ ਮੈਂ ਬੇਨਸਲਾ ਵਾਂ, ਨਾ ਕੋਈ ਐਸਾ ਮੌਕਾ ਆਵੇ, ਮੌਕਾ ਹੀ ਤੁਹਾਨੂੰ ਦਿਲ ਕਰੇ 11 ਸਾਲ ਬਾਅਦ ਆਵੇ ਅਤੇ ਤੁਹਾਨੂੰ ਪਤਾ ਲੱਗੇ ਕਿ ਯਾਰ ਇਹ ਇੰਨਾ ਬੇਨਸਲਾ ਬੰਦਾ ਸੀ, ਇੱਕ ਮਿਸਾਲ ਸਹੀ, ਅਤੇ ਉੱਥੇ ਤੁਸੀਂ ਕੀ ਕਰ ਲਓਗੇ। ਉਹੀ ਤਾਂ ਮੈਂ ਕਹਿ ਰਿਹਾ ਕਿ ਯਾਰ ਹੁਣ ਮਤਲਬ ਮੇਰੀ 25-26 ਸਾਲ ਦੀ ਜਿਹੜੀ ਮੇਰੀ ਹੋਸ਼ ਵਾਲੀ ਲਾਈਫ ਆ, ਉਹਦੇ ਵਿੱਚ ਮੈਂ ਜਿਹੜੇ ਐਕਸਪੈਰੀਮੈਂਟ ਕੀਤੇ ਉਹਨੂੰ ਮੈਂ ਅੱਗੇ ਹੁਣ ਅਪਲਾਈ ਨਹੀਂ ਕਰ ਸਕਦਾ, ਮੇਰੇ ਕੋਲ ਰਿਹਾ ਹੀ ਨਹੀਂ ਕੋਈ ਹਿਸਾਬ ਕਿਤਾਬ 20 ਸਾਲ, ਸਮਝ ਰਿਹਾ ਨਾ। ਇਹ ਮੈਨੂੰ ਬੜਾ ਇੱਕ ਦੁੱਖ ਆ, ਅਤੇ ਬਸ ਇਹ ਹੈ ਕਿ ਉਸਤਾਦ ਜੀ ਕੋਈ ਵੀ ਬੰਦਾ ਰੱਖਣਾ, ਇੱਕ ਤੁਸੀਂ ਅਗਰ ਅੱਲਾ ਨੇ ਤੁਹਾਨੂੰ ਇਸ ਕਾਬਲ ਬਣਾਇਆ ਨਾ ਕਿ ਤੁਸੀਂ ਆਪਣੇ ਜੋਬ 'ਤੇ ਮੁਲਾਜ਼ਮ ਰੱਖ ਸਕੋ, ਸਰ ਉਹ ਵੀ ਤੁਸੀਂ ਨਾ ਕੋਸ਼ਿਸ਼ ਕਰਨਾ, ਜਿੰਨਾ ਮਰਜ਼ੀ ਕੰਮ ਵਾਲਾ ਮੁੰਡਾ ਹੋਵੇ, ਜਿੰਨਾ ਮਰਜ਼ੀ ਉਹ ਮਤਲਬ ਕਿ ਮਿਹਨਤੀ ਹੋਵੇ, ਅਗਰ ਨਸਲੀ ਨਹੀਂ ਨਾ ਹੈਗਾ ਸਰ, ਉਹਦੇ ਨਾਲੋਂ ਉਹਦੇ ਨਾਲੋਂ ਮਤਲਬ ਨਸਲੀ ਰੱਖ ਲੈਣਾ, ਭਾਵੇਂ ਉਹ ਕੰਮ ਚੋਰ ਹੋਵੇ, ਭਾਵੇਂ ਉਹ ਮਤਲਬ ਕਿ ਕਹਿ ਲਓ ਕਿ ਵੀ ਤੁਹਾਡੀ ਗੱਲ ਨੂੰ ਇਗਨੋਰ ਕਰੇ, ਭਾਵੇਂ ਹਲਕਾ ਜਿਹਾ ਬਦਤਮੀਜ਼ ਵੀ ਹੋਵੇ, ਯਾਨੀ ਤੁਹਾਨੂੰ ਜਵਾਬ ਵੀ ਅੱਗੋਂ ਦਿੰਦਾ ਹੋਵੇ, ਲੇਕਿਨ ਨਸਲੀ ਹੋਵੇ ਸਰ, ਉਹ ਉਹਦੇ ਨਾਲੋਂ ਕਰੋੜ ਦਰਜੇ ਚੰਗਾ ਜੇ ਉਸ ਬੇਨਸਲੇ ਨਾਲੋਂ ਜਿਹੜਾ ਸੁਬਹਾ ਤੋਂ ਸ਼ਾਮ ਤੱਕ ਤੁਹਾਡੀ ਖਿਦਮਤ ਵੀ ਕਰ ਰਿਹਾ, ਤੁਹਾਨੂੰ ਚਾਹ ਪਾਣੀ ਵੀ ਪੁੱਛ ਰਿਹਾ, ਤੁਹਾਡਾ ਸਾਰਾ ਕੰਮ ਕਰ ਲਿਆ, ਲੇਕਿਨ ਜਿੱਥੇ ਉਹਨੂੰ ਦਾਅ ਲੱਗ ਰਿਹਾ ਉੱਥੇ ਉਹ ਤੁਹਾਨੂੰ ਤੁਹਾਡੀ ਆਈ ਤਾਈ ਉਹਨੇ ਫੇਰਨ 'ਚ ਇੱਕ ਸਕਿੰਟ ਨਹੀਂ ਲਾਉਣਾ। ਉਹੋ ਜਿਹੇ ਬੇਨਸਲੇ ਨਾਲੋਂ ਕੰਮ ਚੋਰ, ਨਸਲੀ ਜਿਹੜਾ ਨਾ ਕੰਮ ਚੋਰ, ਉਹ ਬਾਰੇ 'ਚ ਜੇ ਪਾਇਆ, ਇਹ ਮੇਰੀ ਗੱਲ ਯਾਦ ਰੱਖਣਾ, ਠੀਕ ਆ ਜੀ। ਬਿਲਕੁਲ, ਅਤੇ ਆਪਣਾ ਖਿਆਲ ਰੱਖੋ, ਅਤੇ ਯਾਰ ਵੀ ਇੱਦਾਂ ਹੀ ਆ, ਮਾੜਾ ਹੋਵੇ ਭਾਵੇਂ, ਤੁਸੀਂ ਭਾਵੇਂ ਕਰੋੜਾਂਪਤੀ ਹੋ, ਯਾਰ ਭਾਵੇਂ ਵਿਚਾਰਾ ਰੇਹੜੀ ਵਾਲਾ ਹੋਵੇ, ਲੇਕਿਨ ਜੇ ਨਸਲੀ ਹੈਗਾ ਨਾ ਤਾਂ ਸਰ ਉਹਨੂੰ ਉਹਦੇ ਨਾਲ ਵੀ ਬਹੁਤੀ ਅਹਿਮੀਅਤ ਦੇਣਾ, ਜੇ ਤੁਹਾਡਾ ਦੂਜਾ ਯਾਰ ਤੁਹਾਡੇ ਲੈਵਲ ਦਾ ਅਰਬਾਂ ਪਤੀ ਆ, ਅਤੇ ਲੇਕਿਨ ਉਹ ਅਗਰ ਨਸਲੀ ਹੈ ਤਾਂ ਉਹਨੂੰ ਜ਼ਿਆਦਾ ਦੇਣਾ ਅਹਿਮੀਅਤ, ਉਹ ਤੁਹਾਡਾ ਯਾਰ ਆ ਸਹੀ, ਠੀਕ ਹੈ ਨਾ। ਆਪਣਾ ਖਿਆਲ ਰੱਖੋ, ਕੱਲ੍ਹ ਫਿਰ ਤੁਹਾਡਾ ਮੁਲਾਕਾਤ ਹੋਏਗੀ, ਰੱਬ ਰਾਖਾ, ਲਵ ਯੂ, ਤੁਸੀਂ ਮੇਰੇ ਨਾਲ ਆ, ਨਾਲ ਹੀ ਰਹਿਣਾ ਅਤੇ ਨਾਲ ਹੀ ਆਪਾਂ ਇਕੱਠੇ ਹੀ ਮਰਨਾ, ਆਪਾਂ ਅੱਗੜ ਪਿਛੜੀ, ਸਾਡੀ ਜੁਦਾਈ ਸਿਰਫ ਇੱਕ ਹੀ ਸਬੱਬ ਆ, ਮੌਤ, ਬਸ। ਚਲੋ ਬੰਦ ਕਰਦੇ ਹੁਣ, ਬੰਦ ਕਰ ਯਾਰ, ਲਾਈਟਾਂ ਬੰਦ ਕਰੋ ਏ।